ਫਿਲੌਰ ਦੀ ਇਸ ਇਤਿਹਾਸਕ ਪੁਲਿਸ ਅਕੈਡਮੀ ਦੇ ਵਿੱਚ ਅੱਜ ਇੱਕ ਬੜਾ ਵਿਲੱਖਣ ਜਿਹਾ ਪ੍ਰੋਗਰਾਮ ਹੋ ਰਿਹਾ। ਮੈਂ ਉਹਦੇ ਲਈ ਵਧਾਈ ਦੇਣੀ ਚਾਹੁੰਦਾ ਪੰਜਾਬ ਪੁਲਿਸ ਦੇ DGP ਸਾਹਿਬ, ਪੰਜਾਬ ਪੁਲਿਸ ਦੇ ਵੱਖ ਵੱਖ ਵਿੰਗਾਂ ਦੇ ਡਾਇਰੈਕਟਰ, ADGPs ਔਰ ਲੋਕਲ ਪ੍ਰਸ਼ਾਸਨ, ਜਿਹੜੇ ਪੁਲਿਸ ਦੇ ਵਿੱਚ ਸ਼ਹੀਦ ਹੋਏ ਨੇ ਪਰਿਵਾਰ, ਉਹਨਾਂ ਦੇ ਮੈਂਬਰ ਵੀ ਆਏ ਨੇ। ਅਤੇ ਸਭ ਤੋਂ ਧਰਤੀ ਨਾਲ ਜੁੜੀ ਹੋਈ ਅਤੇ ਬਹੁਤ ਹੀ ਕਰੂਸ਼ਲ ਕੜੀ SHO ਸਾਹਿਬਾਨ, ਜਿੰਨੇ ਵੀ ਤੁਸੀਂ ਆਏ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਚੱਲਿਆ ਹੋਇਆ ਕਦਮ ਇੱਕ ਇੱਕ ਤੁਹਾਡਾ ਸਿਰ ਮੱਥੇ, ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਆਮ ਤੌਰ 'ਤੇ ਜਦੋਂ ਮੇਰੇ ਸਾਹਮਣੇ ਕੋਈ ਪ੍ਰਪੋਜ਼ਲ ਆਉਂਦੀ ਹੈ ਤਾਂ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਉਹ ਪ੍ਰਪੋਜ਼ਲ ਕਿਤੇ ਨਾ ਕਿਤੇ ਜਾ ਕੇ ਲੋਕਾਂ ਨਾਲ ਜੁੜੇ। ਜਿਸ ਵੇਲੇ DGP ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ ਗੱਡੀਆਂ ਦੇਣੀਆਂ ਨੇ ਪੰਜਾਬ ਪੁਲਿਸ ਨੂੰ, 410 ਜਿਹ 'ਚ ECU ਹਾਈਲੈਂਡਰ ਵੀ ਨੇ, ਵੱਡੀਆਂ ਗੱਡੀਆਂ, ਸਕੋਰਪੀਓ ਵੀ ਨੇ। ਮੈਂ ਕਿਹਾ ਜੀ ਬਿਲਕੁਲ ਸਹੀ ਉਹਨਾਂ ਨੇ ਦੱਸਿਆ। ਮੈਂ ਕਿਹਾ ਜੀ ਇੱਕੋ ਹੀ ਸ਼ਰਤ ਹੈ, ਗੱਡੀ ਥੱਲਿਓਂ ਦੇਣੀ ਸ਼ੁਰੂ ਕਰਿਓ, ਉੱਪਰ ਨੂੰ ਫਿਰ ਜਾਵੇ, ਨਹੀਂ ਤਾਂ ਉੱਪਰੋਂ ਗੱਡੀ ਹੁੰਦੀ ਹੈ ਸ਼ੁਰੂ SSP ਲੈਵਲ ਤੋਂ, ਫਿਰ SP ਲੈਵਲ 'ਤੇ ਥੋੜ੍ਹੀ ਜਿਹੀ ਹੋਰ ਜਦੋਂ ਖਟੜਾ ਜੀ ਹੋ ਜਾਂਦੀ ਹੈ ਫਿਰ DSP ਕੋਲ ਆ ਜਾਂਦੀ ਹੈ, ਫਿਰ DSP ਆਪਦੇ ਜਵਾਕਾਂ ਨੂੰ ਘੁੰਮਣ ਘੁਮਾਉਣ 'ਤੇ ਰੱਖ ਲੈਂਦਾ, ਉਹਨੂੰ ਸਕੂਲ ਛੱਡਣ ਵਾਸਤੇ ਰੱਖ ਲੈਂਦਾ, ਫਿਰ ਆ ਕੇ ਥੱਲੇ SHO ਕੋਲ ਤਾਂ ਉਦੋਂ ਪਹੁੰਚਦੀ ਹੈ ਜਦੋਂ ਉਸ ਗੱਡੀ ਦਾ ਮੂਹਰਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ, ਪਿਛਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ, ਅਤੇ ਮਤਲਬ ਹੋ ਸਕਦਾ ਅਗਲੀ ਨੰਬਰ ਪਲੇਟ ਕੋਈ ਹੋਰ ਹੋਵੇ, ਪਿਛਲੀ ਕੋਈ ਹੋਰ ਹੋਵੇ, ਜਾਣਾ ਉਹਨੇ ਹੈ ਜਿਹੜੇ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਪਿੱਛੇ ਜਾਣਾ ਉਹਨੇ ਹੈ ਵੀ ਕੋਈ ਇੱਥੇ ਸਮਗਲਰ ਆਏ ਆ ਗਏ ਜੀ, ਉਹਨਾਂ ਦੇ ਪਿੱਛੇ ਗੱਡੀ ਪਹੁੰਚਾਉਣੀ ਹੈ, ਮਤਲਬ ਉਹਦੇ ਕੋਲ ਹੈ ਨਹੀਂ ਜੀ ਗੱਡੀ। ਸੋ ਮੈਂ ਇੱਕ ਸ਼ਰਤ ਰੱਖੀ, ਮੈਂ ਕਿਹਾ ਜੀ ਥੱਲਿਓਂ ਸ਼ੁਰੂ ਕਰਨਾ, ਨਵੀਆਂ ਗੱਡੀਆਂ ਇੱਕ ਵਾਰੀ ਨਵੀਆਂ ਗੱਡੀਆਂ SHO ਨੂੰ ਦੇ ਕੇ ਦੇਖੋ, ਨਾਲੇ ਤਾਂ ਉਹ ਸਾਫ਼ ਸਫਾਈ ਰੱਖਣਗੇ ਗੱਡੀ ਦੇ ਸਵੇਰੇ ਸਵੇਰੇ ਸਾਫ਼ ਕਰਕੇ ਐਨ, ਕੋਈ ਉਹਦੇ 'ਚ ਕੋਈ ਬੈਗ ਕੋਈ ਉਹ 'ਚ ਕੋਈ ਸਰਵਿਸ 'ਚ ਕੋਈ ਉਹ ਨਹੀਂ ਹੋਊਗੀ, ਕਿਉਂਕਿ ਉਹ ਆਪਣੀ ਗੱਡੀ ਸਮਝੂਗਾ ਕਿ ਮੈਨੂੰ ਮਿਲੀ ਹੋਈ ਗੱਡੀ ਹੈ, ਜੇ ਖਰਾਬ ਹੋਈ ਹੈ ਤਾਂ ਮੈਂ ਮੇਰਾ ਥਾਣਾ ਖਰਾਬ ਹੋ ਜੂਗਾ ਇਹਦੇ ਨਾਲ। ਸੋ ਇਸ ਕਰਕੇ ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਅਸੀਂ 0 ਤੋਂ ਉੱਪਰ ਵੱਲ ਨੂੰ ਸ਼ੁਰੂ ਹੋ ਰਹੇ ਹਾਂ, ਔਰ ਕਿਉਂਕਿ ਤੁਸੀਂ ਇੱਕ ਉਹ ਕੜੀ ਹੋ, ਇਸ ਤੋਂ ਬਾਅਦ ਤਾਂ ਕੋਈ ਕੜੀ ਹੈ ਨਹੀਂ, ਤੁਸੀਂ ਬਿਲਕੁਲ ਆਈ ਕੰਟੈਕਟ ਦੇ ਵਿੱਚ ਰਹਿੰਦੇ ਹੋ ਲੋਕਾਂ ਦੇ, ਤੁਸੀਂ ਆਪਣੇ ਇਲਾਕੇ ਦੇ ਆਪਣੇ ਥਾਣੇ ਦੇ ਸਾਰੇ ਲੋਕਾਂ ਨੂੰ ਜਾਣਦੇ ਹੋ, ਚੰਗਿਆਂ ਨੂੰ ਵੀ ਜਾਣਦੇ ਹੋ, ਮਾੜਿਆਂ ਨੂੰ ਵੀ ਜਾਣਦੇ ਹੋ, 10 ਨੰਬਰੀਆਂ ਨੂੰ ਵੀ ਜਾਣਦੇ ਹੋ, ਜੇਬ ਕਤਰਿਆਂ ਦਾ ਵੀ ਪਤਾ ਸਾਰਾ, ਤੁਸੀਂ ਬਦਨਾਮੀ ਦਾ ਵੀ ਸਭ ਤੋਂ ਵੱਡਾ ਚਾਂਸ ਤੁਹਾਡੇ ਤੁਹਾਡਾ ਤੁਹਾਡਾ ਰਹਿੰਦਾ, ਕਿਉਂਕਿ ਇੱਕਦਮ ਇਲਜ਼ਾਮ ਲਾਉਣਾ ਹੁੰਦਾ ਬਸ ਪੁਲਿਸ 'ਤੇ, ਜਦੋਂ ਮਰਜ਼ੀ ਲਾ ਦਿਓ ਪੁਲਿਸ ਕੀ ਕਰ ਰਹੀ ਸੀ। ਅੱਜ ਕੱਲ੍ਹ ਤਾਂ
ਹਰੇਕ ਕੋਲ ਮੋਬਾਈਲ ਫੜਿਆ, ਸੱਸ ਅਤੇ ਨੂੰਹ ਦਾ ਝਗੜਾ ਹੋ ਗਿਆ, ਪੁਲਿਸ ਕੀ ਕਰ ਰਹੀ ਸੀ ਉੱਥੇ? ਲਓ, ਸੋ ਤੁਹਾਨੂੰ ਅਸੀਂ ਐਫੀਸ਼ੀਐਂਟ ਬਣਾਉਣਾ ਚਾਹੁੰਦੇ ਹਾਂ ਕਿ ਤੁਹਾਡੇ ਕੋਲ, ਕਿਉਂਕਿ ਜਿਹੜੇ ਸਮਾਜ ਵਿਰੋਧੀ ਤੱਤ ਨੇ, ਕ੍ਰਿਮੀਨਲ ਐਲੀਮੈਂਟਸ ਨੇ, ਜੇ ਉਹਨਾਂ ਦਾ ਮੁਕਾਬਲਾ ਕਰਨਾ ਤਾਂ ਤੁਹਾਨੂੰ ਅਪਡੇਟ ਕਰਨਾ ਪਊਗਾ ਤੁਹਾਡੀਆਂ ਗੱਡੀਆਂ ਨੂੰ, ਤੁਹਾਡੇ ਹਥਿਆਰਾਂ ਨੂੰ, ਤੁਹਾਡੀ ਇਨਫੋਰਮੇਸ਼ਨ ਟੈਕਨੋਲੋਜੀ ਸਾਰੀ ਅਪਡੇਟ ਕਰਨੀ ਪਊਗੀ, ਔਰ ਕਰ ਰਹੇ ਹਾਂ ਅਸੀਂ। ਲੋਅ ਐਂਡ ਆਰਡਰ ਜਿਹੜਾ ਉਹ ਬਹੁਤ ਵੱਡਾ ਵਿਸ਼ਾ ਹੈ, ਅਤੇ ਲੋਅ ਐਂਡ ਆਰਡਰ ਦਾ ਜਿਹੜਾ ਸਟੇਟ ਦਾ ਵਿਸ਼ਾ ਇਹ, ਅਤੇ ਅਸੀਂ ਪੰਜਾਬ ਦਾ ਲੋਅ ਐਂਡ ਆਰਡਰ ਜਿਹੜਾ ਬਿਲਕੁਲ ਵੀ ਖਤਰੇ 'ਚ ਨਹੀਂ ਪੈਣ ਦੇਵਾਂਗੇ। ਔਰ ਮੈਨੂੰ ਤੁਹਾਡੇ 'ਤੇ ਇਸ ਗੱਲ 'ਤੇ ਮਾਣ ਮਹਿਸੂਸ ਹੁੰਦਾ ਕਿ ਤੁਸੀਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀ ਡਿਊਟੀਆਂ ਹੋਈਆਂ ਨੇ, ਜਿਹ 'ਚ ਸ਼ਹੀਦੀਆਂ ਹੋਈਆਂ, ਜਿਹ 'ਚ ਤੁਸੀਂ ਦਿਨ ਰਾਤ ਮਿਹਨਤ ਕਰਕੇ ਪੰਜਾਬ ਨੂੰ ਇੱਕ ਸ਼ਾਂਤਮਈ ਸੂਬਾ ਬਣਾ ਕੇ ਰੱਖਿਆ ਹੋਇਆ। ਇਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ। ਪਿੱਛੇ ਜੇ SSF ਦਾ ਪ੍ਰੋਜੈਕਟ ਬਣਾਇਆ ਤਾਂ ਕਿ ਤੁਹਾਡੇ ਤੋਂ ਥੋੜ੍ਹਾ ਜਿਹਾ ਬਰਡਨ ਘਟੇ। ਸੜਕ ਸੁਰੱਖਿਆ ਫੋਰਸ, ਉਹਨਾਂ ਲਈ ਬਹੁਤ ਸੋਹਣੀਆਂ, ਬਹੁਤ ਵੱਡੀਆਂ ਗੱਡੀਆਂ ਕੰਪਿਊਟਰ ਵਿੱਚ ਲੱਗੇ ਹੋਏ ਨੇ, ਔਰ ਸਾਰੇ ਹਸਪਤਾਲਾਂ ਨਾਲ ਅਟੈਚ ਕੀਤਾ ਹੋਇਆ ਸਿਸਟਮ ਨੂੰ, ਅਤੇ ਮੇਰੇ 1 ਫਰਵਰੀ ਨੂੰ ਲਾਂਚ ਹੋਈ ਸੀ SSF। 15 ਦਿਨ ਦੀ ਮੇਰੇ ਕੋਲ ਰਿਪੋਰਟ ਆਈ ਹੈ 15 ਫਰਵਰੀ ਤੱਕ ਦੀ, ਕਿ ਪਹਿਲਾਂ ਜਿਹੜੀ ਐਵਰੇਜ ਸੀ ਜਦੋਂ ਮੈਂ ਪਾਰਲੀਮੈਂਟ 'ਚ MP ਹੁੰਦਾ ਸੀਗਾ ਉਸ ਵੇਲੇ ਮੈਂ ਕਢਾਈ ਸੀ 2018 'ਚ, ਉਸ ਵੇਲੇ 14 ਸੀ, 14 ਮੌਤਾਂ ਇੱਕ ਦਿਨ 'ਚ ਪੰਜਾਬ 'ਚ, ਇੰਡੀਆ 'ਚ ਸਭ ਤੋਂ ਵੱਧ। ਹੁਣ 17 ਦੇ ਨੇੜੇ ਪਹੁੰਚ ਗਿਆ, ਮੈਂ 18 ਦੀ ਗੱਲ ਕਰਦਾ ਉਸ ਵੇਲੇ, ਹੁਣ 22 'ਚ 17 ਮੌਤਾਂ ਇੱਕ ਦਿਨ 'ਚ, ਮਤਲਬ 540, 17 + 51, 510 ਇੱਕ ਮਹੀਨੇ 'ਚ, 12 ਨਾਲ ਗੁਣਾ ਕਰ ਲਓ 6000 ਤੋਂ ਉੱਪਰ ਹੋ ਗਿਆ ਇੱਕ ਸਾਲ 'ਚ। 6000 ਬੰਦਾ ਮਰ ਜਾਂਦਾ ਸੜਕਾਂ 'ਤੇ, ਜਿਹੜੇ ਜ਼ਖਮੀ ਹੁੰਦੇ ਨੇ ਜਾਂ ਮੰਜੇ 'ਤੇ ਪੈ ਜਾਂਦੇ ਨੇ, ਰੀੜ ਦੀ ਹੱਡੀ ਟੁੱਟ ਗਈ, ਜੇ ਕੋਈ ਉਹ ਨਾ ਮਰਿਆਂ 'ਚ ਨਾ ਜਿਉਂਦਿਆਂ 'ਚ। ਇਹਨੂੰ ਆਪਾਂ ਕਿਸਮਤ ਕਹਿ ਦਿੰਦੇ ਹਾਂ, ਕਿਸਮਤ ਨਹੀਂ ਹੈਗੀ, ਕਿਤੇ ਨਾ ਕਿਤੇ ਹਿਊਮਨ ਐਰਰ ਹੈ, ਕੋਈ ਸੜਕ ਦਾ ਮੋੜ ਠੀਕ ਨਹੀਂ ਹੈਗਾ, ਜਾਂ ਫਿਰ ਉੱਥੇ ਕੋਈ ਰੋਕ ਨਹੀਂ ਸੀ ਪੁਲਿਸ ਦੀ, ਉਹਨਾਂ ਨੇ ਆਪ 'ਚ ਰੇਸਾਂ ਲਾਉਣ ਲੱਗ ਗਏ, ਜਾਂ ਕੋਈ ਟਰੱਕ ਖਰਾਬ ਹੋਇਆ ਖੜ੍ਹਾ ਉਹਦੇ ਥੱਲੇ ਗੱਡੀ ਵੜ ਗਈ, ਸਾਰਾ ਟੱਬਰ ਹੀ ਖਤਮ। ਇਸ ਤਰ੍ਹਾਂ ਦੇ ਆਪਾਂ ਪੜ੍ਹਦੇ ਹਾਂ। ਸੋ ਅਸੀਂ ਉਹ SSF ਨੂੰ ਇਸੇ ਕਰਕੇ SSF ਬਣਾਈ ਕਿ ਤੁਸੀਂ ਇਕੱਲੀਆਂ ਸੜਕਾਂ 'ਤੇ ਰਹਿਣਾ, ਉਹਨਾਂ ਕੋਲ ਗੈਸ ਕਟਰ ਨੇ ਗੱਡੀਆਂ 'ਚ, ਆਰੀ ਦੇ ਬਲੇਡ ਨੇ, ਟੋਚਨ ਨੇ, ਫਸਟ ਏਡ ਦਾ ਸਮਾਨ ਹੈ, ਨਵੀਂ ਵਰਦੀ ਦਿੱਤੀ ਉਹਨਾਂ ਨੂੰ, ਅਤੇ 15 ਦਿਨ ਦੀ ਰਿਪੋਰਟ ਦੇ ਮੁਤਾਬਕ ਉਹਨਾਂ ਨੇ 124 ਬੰਦੇ ਜਿਹੜੇ ਸੀਗੇ ਉਹਨਾਂ ਨੂੰ ਮੌਕੇ 'ਤੇ ਹੀ ਜਿਹੜਾ ਉਹਨਾਂ ਦਾ ਟ੍ਰੀਟਮੈਂਟ ਕਰਤਾ, ਕੋਈ ਝਰੀਟਾਂ ਲੱਗੀਆਂ ਸੀ ਛੋਟੀਆਂ ਸੀ ਉਹ ਘਰ ਚਲੇ ਗਏ, 204 ਨੂੰ ਜ਼ਖਮੀ ਜ਼ਿਆਦਾ ਸੀ ਹੌਸਪੀਟਲ 'ਚ ਪਹੁੰਚਾਇਆ, ਅਤੇ 15 ਦਿਨਾਂ 'ਚ ਸਿਰਫ 13 ਮੌਤਾਂ ਨੇ ਜੀ, ਕਿੱਥੇ ਇੱਕ ਦਿਨ 'ਚ 17 ਸੀਗੀਆਂ। ਇਹ ਮੈਂ ਹਰ ਮਹੀਨੇ ਦਾ ਡਾਟਾ ਜਾਰੀ ਕਰਿਆ ਕਰਾਂਗੇ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਆਪਣੀ ਜਾਨ ਦੀ ਕੀਮਤ ਸਮਝੋ। ਔਰ ਉਹਦੇ 'ਚ ਕੀ ਹੈ ਕਿ ਤੁਹਾਡਾ ਬਰਡਨ ਥੋੜ੍ਹਾ ਜਿਹਾ ਘਟੂਗਾ, ਕਿਉਂਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਕੰਮ ਹੈ, ਤੁਹਾਡੇ ਕੋਲ ਜ਼ਮੀਨਾਂ ਦੇ ਝਗੜਿਆਂ ਤੋਂ ਲੈ ਕੇ ਪਿੰਡਾਂ ਦੇ ਹੋਰ ਝਗੜਿਆਂ ਤੋਂ ਲੈ ਕੇ ਕਬਜ਼ਿਆਂ ਤੋਂ ਲੈ ਕੇ
ਸਮਗਲਿੰਗ ਦੇ ਕੇਸਾਂ ਤੋਂ ਲੈ ਕੇ ਕੈਦੀਆਂ ਨੂੰ ਕਚਹਿਰੀਆਂ 'ਚ ਲੈ ਕੇ ਜਾਣਾ, ਜ਼ਮਾਨਤਾਂ ਭੁਗਤਾਉਣੀਆਂ, ਸੰਮਨ ਤਮੀਲ ਕਰਾਉਣੇ ਨੇ, ਕਚਹਿਰੀਆਂ 'ਚ ਹੋਰ ਬਹੁਤ ਸਾਰੇ ਕਾਗਜ਼ੀ ਕੰਮ ਲੈ ਕੇ ਜਾਣੇ ਨੇ, ਨਹਿਰ ਦੇ ਵਿੱਚ ਲਾਸ਼ ਜਾਂਦੀ ਹੈ ਉਹ ਵੀ ਕੱਢਣੀ ਹੈ, ਬਹੁਤ ਜ਼ਿਆਦਾ ਕੰਮ ਹੈ ਤੁਹਾਡੇ ਕੋਲ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਨਾਲ ਇੱਕ ਬਰਾਬਰ ਐਸੀ ਫੋਰਸ ਵੀ ਹੋਵੇ, ਹੋਵੇ ਤਾਂ ਤੁਹਾਡੇ ਅੰਡਰ ਹੀ ਹੋ, ਪਰ ਘੱਟੋ ਘੱਟ ਤੁਹਾਡੀ ਉਹ ਥੋੜ੍ਹੀ ਜਿਹੀ ਜਿਹੜੀ ਐਕਟੀਵਿਟੀ ਹੈ ਉਹ ਉਧਰਲੇ ਪਾਸਿਓਂ ਘੱਟ ਜਾਏ ਕਿ ਸੜਕਾਂ ਵਾਲਾ ਕੰਮ ਚਲੋ ਉਹ ਸੰਭਾਲ ਲੈਣਗੇ ਹੁਣ। ਸੋ ਇਸੇ ਤਰ੍ਹਾਂ ਹੀ ਪਹਿਲਾਂ ਅਪਡੇਟ ਕੀਤਾ ਪੁਲਿਸ ਨੂੰ, ਅੱਜ ਵੀ ਬਹੁਤ ਸ਼ਾਨਦਾਰ ਗੱਡੀਆਂ, ਨਵੀਆਂ ਗੱਡੀਆਂ ਤੁਸੀਂ ਜਦੋਂ ਲੈ ਕੇ ਜਾਓਗੇ ਅੱਜ ਇੱਥੋਂ, ਮਾਣ ਮਹਿਸੂਸ ਕਰੋਗੇ ਕਿ ਸਰਕਾਰ ਸਾਡੇ ਲਈ ਸੋਚ ਰਹੀ ਹੈ। ਕਿਉਂਕਿ ਜੇ ਮੈਂ ਤੁਹਾਨੂੰ ਗੱਡੀਆਂ ਹੀ ਨਹੀਂ ਦੇ ਸਕਦਾ, ਤੁਹਾਨੂੰ ਬਗਾਰ 'ਤੇ ਗੱਡੀਆਂ ਲੈ ਕੇ ਜਾਣੀਆਂ ਪੈ ਰਹੀਆਂ, ਤੁਹਾਨੂੰ ਪੱਲਿਓਂ ਤੇਲ ਪਾਉਣਾ ਪੈ ਰਿਹਾ, ਤੁਹਾਡੀਆਂ ਵਰਦੀਆਂ ਮੈਂ ਕਿਉਂਕਿ ਤੁਹਾਡੀ ਵਰਦੀ ਮੈਂ ਬਹੁਤ ਵਾਰੀ ਪਹਿਨੀ ਹੋਈ ਹੈ ਨਾ ਜੁਗਨੂ 'ਚ, ਅਸੀਂ ਵੀ ਵਰਦੀ ਪ੍ਰੋਪਰ ਵਰਦੀ, ਮੈਨੂੰ ਪਤਾ ਹੈ ਹੌਲਦਾਰ ਦੀ ਜਿਹੜੀ ਝਾਲਣ ਵਾਲੀ ਪੱਗ ਹੈ ਉਹਦੇ ਹਰੇਕ ਲੜ ਦੇ ਵਿੱਚ ਅਖਬਾਰ ਪੈਂਦਾ, ਫਿਰ ਜਦੋਂ ਕੈਨੇਡਾ ਅਮਰੀਕਾ ਲੈ ਕੇ ਜਾਂਦੇ ਸੀ ਸ਼ੋਅ ਵਗੈਰਾ ਕਰਨ ਤਾਂ ਉਹਦੇ ਵਿੱਚ ਕੱਪੜਾ ਪਾ ਕੇ ਦੋ ਪੱਗਾਂ ਤਾਂ ਲੈ ਕੇ ਜਾਂਦੇ ਸੀ, ਠੀਕ ਹੈ। ਉਹ ਦੁਬਾਰਾ ਬੰਨੀ ਨਹੀਂ ਜਾਂਦੀ, ਸਪੈਸ਼ਲਿਸਟ ਨੇ ਬਣਾਉਣ ਵਾਲੇ ਸੀ, ਉੱਥੇ ਬਣਾਉਂਦੇ ਹੁੰਦੇ ਸੀ ਮੁਹਾਲੀ ਜਿਹੜਾ ਆਪਣਾ ਕਮਾਂਡੋ ਸੈਂਟਰ ਹੈ। 99% ਪੁਲਿਸ ਆਪਦੀਆਂ ਵਰਦੀਆਂ ਆਪ ਸਮਾਉਂਦੀ ਹੈ, ਪਹਿਲਾਂ ਤਾਂ ਹੁਣ ਤੱਕ ਪੈਸੇ ਦੇਣ ਲੱਗ ਗਏ, ਪਰ ਪਹਿਲਾਂ ਕੱਪੜਾ ਦਿੰਦੇ ਹੁੰਦੇ ਸੀ ਕਾਂਗਰਸ ਵੇਲੇ, ਮੇਰੇ ਖਿਆਲ 'ਚ ਅਕਾਲੀ ਦਲ ਵੇਲੇ, ਉਹ ਕੱਪੜਾ ਇਹੋ ਜਿਹਾ ਹੁੰਦਾ ਸੀ ਇੱਦਾਂ ਹੱਥ ਲਾਓ 'ਚ ਗਲੀ ਨਿਕਲ ਜਾਂਦੀ ਸੀ, ਕਿਉਂਕਿ ਹੁਣ ਪਾਉਣੀਆਂ ਤਾਂ ਤੁਸੀਂ ਨੇ, ਤੁਸੀਂ ਫਿਰ ਆਪ ਕੱਪੜਾ ਲੈ ਕੇ ਵੀ ਬਣਾ ਲੈਂਦੇ ਸੀ। ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਫੋਰਸ ਨੇ ਦਿਨ ਰਾਤ, ਉਹਨਾਂ ਦੀ ਵੀ ਰਾਖੀ ਕਰਨੀ ਹੈ ਜਿਨ੍ਹਾਂ ਨੇ ਡਿਸੀਜਨ ਲਿਆ ਹੈ, ਸਾਡੀ ਵੀ ਤਾਂ ਰਾਖੀ ਤੁਸੀਂ ਉਹ ਕਰਦੇ ਹੋ, ਸਾਡੇ ਮੂਹਰੇ ਤੁਸੀਂ ਆਪਦੀਆਂ ਹਿੱਕਾਂ ਡਾਕ ਕੇ ਖੜ੍ਹਦੇ ਹੋ, ਉਹਨਾਂ ਦੀ ਵੀ ਰਾਖੀ ਤੁਸੀਂ, ਉਹਨਾਂ ਨੇ ਡਿਸੀਜਨ ਲਏ ਹੋਏ ਨੇ। ਹੁਣ ਅਸੀਂ ਇੱਕ ਬਹੁਤ ਸੋਹਣੀ ਪਹਿਲ ਕੀਤੀ ਹੈ, ਉਹਦਾ ਨਾਮ ਵੀ ਪਹਿਲ ਹੈ, ਸੰਗਰੂਰ ਤੋਂ ਸ਼ੁਰੂ ਕੀਤਾ, ਸੈਲਫ ਹੈਲਪ ਗਰੁੱਪ ਬਣਾਏ ਨੇ ਲੇਡੀਜ਼ ਦੇ ਪਿੰਡਾਂ 'ਚ। ਪਹਿਲਾਂ ਤਾਂ ਸਕੂਲ ਦੀਆਂ ਸਰਕਾਰੀ ਵਰਦੀਆਂ ਉਹਨਾਂ ਤੋਂ ਸਵਾਈਆਂ, ਅਸੀਂ ਮਸ਼ੀਨਾਂ ਦੇਤੀਆਂ, ਉੱਥੇ ਇੱਕ ਵੇਅਰ ਹਾਊਸ ਬਣਾ ਤਾ, ਕੰਪਿਊਟਰ ਰਾਹੀਂ ਸਾਨੂੰ ਨਾਪ ਆ ਜਾਂਦੇ ਆ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਦੇ। ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਹਿਤਾ ਕਿ ਵਰਦੀਆਂ ਸਕੂਲਾਂ ਦੀਆਂ ਇੱਥੋਂ ਬਣਵਾਓ, ਵਰਦੀਆਂ ਉਹ ਲੇਡੀਜ਼ ਤੋਂ ਬਣਵਾਈਆਂ, ਕਾਮਯਾਬ ਰਿਹਾ, 100 ਲੇਡੀਜ਼ ਨੇ, ਚਾਹੇ ਉਹ ਮਸ਼ੀਨ ਆਪਦੇ ਘਰ ਲੈ ਜਾਣ ਚਾਹੇ ਉੱਥੇ ਸਿਉਂ ਲੈਣ, ਅਕਾਲਗੜ੍ਹ ਪਿੰਡ ਤੋਂ ਸ਼ੁਰੂ ਕੀਤਾ। ਉਹਨਾਂ ਦੀ ਇੱਕ ਸਾਲ ਦੀ ਟਰਨਓਵਰ 1.5 ਕਰੋੜ ਰੁਪਈਆ, ਯਾਨੀ ਕਿ 1.5 ਲੱਖ ਰੁਪਈਆ ਇੱਕ ਲੇਡੀ ਨੇ ਕਮਾ ਲਿਆ, ਸਾਲ ਨਹੀਂ ਕੁਛ ਮਹੀਨਿਆਂ 'ਚ ਹੀ। ਫਿਰ ਅਸੀਂ ਕਈ ਆਈਡੀਆ ਵਧੀਆ, ਅਸੀਂ ਫਿਰ ਪ੍ਰਾਈਵੇਟ ਸਕੂਲਾਂ ਨੂੰ ਅਪਰੋਚ ਕੀਤਾ, ਹੁਣ 25 ਪ੍ਰਾਈਵੇਟ ਸਕੂਲ ਵੀ ਵਰਦੀ ਜਿਹੜੀ ਹੈ ਉਹਨਾਂ ਤੋਂ ਸਮਾ ਰਹੇ ਨੇ, ਹੁਣ ਹੋਰ ਪਿੰਡ ਵਧਾ ਤੇ ਅਸੀਂ। ਅਤੇ ਹੁਣ ਅਸੀਂ ਕੱਲ੍ਹ ਹੀ, ਅਜੇ ਮੈਂ ਡਿਪਟੀ ਕਮਿਸ਼ਨਰ ਸੰਗਰੂਰ ਆਏ ਸੀ, ਪਹਿਲੀ ਪੰਜਾਬ ਪੁਲਿਸ ਦੀ ਵਰਦੀ ਵੀ ਲਾਉਂਚ ਕੀਤੀ, ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਤੋਂ ਸਵਾਵਾਂਗੇ, ਜਿਹੜੇ ਵੀ ਬੈਚ ਲੱਗਣਗੇ ਜਿਹੜੇ ਵੀ ਉਹ ਸਾਰਾ ਕੁਛ ਉਹ ਦੇਖ ਕੇ ਦੇਣਗੇ, ਕਰਕੇ ਐਨ ਪੈਕ ਕਰਕੇ ਪ੍ਰੋਪਰ ਇੱਕ ਬਾਕਸ ਦੇ ਵਿੱਚ। ਔਰ ਅਸੀਂ ਤੁਹਾਨੂੰ ਮੈਂ ਕਿਹਾ ਵੀ ਕਿੰਨੇ ਪੈਸੇ ਦਿੰਦੇ ਹਾਂ, 1103 ਰੁਪਈਏ ਮਿਲਦੇ ਆ ਇੱਕ ਵਰਦੀ ਸਿਉਣ ਦੇ, ਅਸੀਂ 1100 ਰੁਪਏ 'ਚ ਸਿਉਂ ਰਹੇ ਹਾਂ, ਔਰ ਸਾਰਾ ਪੈਸਾ
ਪਿੰਡਾਂ ਦੀਆਂ ਉਹ ਮਾਵਾਂ ਨੂੰ ਭੈਣਾਂ ਨੂੰ ਜਾ ਰਿਹਾ, ਅਤੇ ਨਾਲੇ ਜਿਹੜੀ ਵਰਦੀ ਆਪਣੀ ਮਾਂ ਭੈਣ ਨੇ ਸਿਉਂਤੀ ਹੋਵੇ ਨਾ, ਉਹ 'ਚ ਥੋੜ੍ਹਾ ਥੋੜ੍ਹਾ ਪਿਆਰ ਅਤੇ ਨਿੱਘ ਵੀ ਹੁੰਦਾ ਕਿ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਊਗਾ ਕਿ ਮੈਂ ਕਿੰਨੀਆਂ ਵਰਦੀਆਂ ਮੇਰੇ ਪੁੱਤਾਂ ਦੀਆਂ ਜਿਹੜੇ ਪੰਜਾਬ ਪੁਲਿਸ 'ਚ ਨੇ ਸੜਕਾਂ 'ਤੇ ਖੜ੍ਹਦੇ ਆ, ਠੰਡ 'ਚ ਵੀ ਗਰਮੀਆਂ 'ਚ ਵੀ ਉਹਨਾਂ ਵਾਸਤੇ ਸਿਉਂ ਰਿਹਾ। ਸੋ ਪੁਲਿਸ ਦੀਆਂ ਵਰਦੀਆਂ ਵੀ ਅਸੀਂ ਤੁਹਾਨੂੰ ਸ਼ਾਨਦਾਰ, ਕੋਈ ਇੱਕ ਕਮੀ ਨਹੀਂ ਹੋਊਗੀ ਉਸਦੀ, ਉਹ ਅਸੀਂ ਸ਼ੁਰੂ ਕਰਤਾ ਪਹਿਲ, ਹੁਣ ਹੋਰ ਪਿੰਡਾਂ 'ਚ ਲੈ ਕੇ ਜਾਵਾਂਗੇ। ਮੈਂ ਚਾਹੁੰਦਾ ਕਿ ਪਿੰਡਾਂ ਦੇ ਵਿੱਚ ਲੇਡੀਜ਼ ਇੰਨੇ ਕੰਮ ਕਰਨ, ਜੋ ਕੱਚੀ ਘਾਣੀ ਦਾ ਤੇਲ ਬਣਾ ਰਹੀਆਂ ਪਿੰਡਾਂ 'ਚ, ਚੱਪਲਾਂ ਬਣਾ ਰਹੇ ਹੈ। ਅਸੀਂ ਸੰਗਰੂਰ ਦੇ ਵਿੱਚ ਪਾਇਲਟ ਕਾਮਯਾਬ ਹੋ ਗਿਆ, ਸਾਰੇ ਪੰਜਾਬ 'ਚ ਕਰਾਂਗੇ। ਜਦੋਂ ਕੋਈ ਮੁਲਾਜ਼ਮ ਜਾਂ ਕੋਈ ਦਿਹਾੜੀਦਾਰ ਜਾਂ ਕੋਈ ਕਿਸਾਨ ਜਾਂ ਮਜ਼ਦੂਰ ਜਦੋਂ ਉਹ ਕੰਮ ਕਰਕੇ ਘਰੇ ਆਵੇ, ਆਉਂਦਿਆਂ ਤੱਕ ਘੱਟੋ ਘੱਟ ਉਹਦੀ ਵਾਈਫ ਜਾਂ ਉਹਦੇ ਪਰਿਵਾਰ ਦੀਆਂ ਜਿਹੜੀਆਂ ਮਹਿਲਾਵਾਂ ਨੇ, ਉਹ 1,000-2,000 ਰੁਪਇਆ ਕਮਾ ਕੇ ਬੈਠੇ ਹੋਣ ਪਰ ਡੇ। ਕਹਿੰਦਾ ਮੈਂ 50-60,000 ਰੁਪਇਆ ਘਰੇ ਉਹਨਾਂ ਕਰਕੇ ਉਹ ਘਰੇ ਬੈਠੀਆਂ ਕਮਾ ਰਹੀਆਂ ਹੋਣ। ਫਿਰ ਕਬੀਲਦਾਰੀ ਜਿਹੜੀ ਹੈ ਕਦੇ ਵੀ ਨਾ ਲੀਹ ਤੋਂ ਨਹੀਂ ਲੈਂਦੀ। ਚਾਈਨਾ ਕੀ ਕਰ ਰਿਹਾ? ਚਾਈਨਾ ਦੇ ਵਿੱਚ ਅੱਜ ਦੇਖ ਲਓ, ਅੱਜ ਪਿੰਡਾਂ ਦੇ ਵਿੱਚ ਬਾਰਬੀ ਡੋਲ, ਮਿੱਕੀ ਮਾਊਸ ਸਭ ਬਣ ਰਹੇ ਨੇ। ਅਮਰੀਕਾ ਕਨੇਡਾ ਦਾ ਸਾਰਾ ਸਮਾਨ, ਅੱਧੀ ਦੁਨੀਆ, ਹੁਣ ਉਹ ਤਾਂ ਕਰੋਨਾ ਵੇਲੇ ਪਤਾ ਲੱਗਿਆ ਨਾ ਕਿੰਨੇ ਦੇਸ਼ ਚਾਈਨਾ 'ਤੇ ਡਿਪੈਂਡੈਂਟ ਸੀਗੇ। ਸੋ ਉੱਥੇ ਕੋਈ ਪਿੰਡ 'ਚ ਕੋਈ ਲੇਡੀ ਵਿਹਲੀ ਨਹੀਂ ਹੈਗੀ। ਸੋ ਅਸੀਂ ਵੀ ਚਾਹੁੰਦੇ ਹਾਂ ਕਿ ਜਿਵੇਂ ਹੁਣ ਪੰਜਾਬ ਪੁਲਿਸ ਦੇ ਵਿੱਚ ਅਸੀਂ 8 ਥਾਣੇ ਪੁਲਿਸ ਦੇ ਸਿਰਫ ਓਨਲੀ ਲੇਡੀਜ਼ ਦੇ ਨੇ, SHO ਵੀ ਲੇਡੀ, ਸਾਰਾ ਸਟਾਫ ਲੇਡੀਜ਼ ਦਾ, ਅਤੇ ਸਾਰੀ ਉੱਥੇ ਜਿਹੜੀਆਂ FIR ਜਾਂ ਸ਼ਿਕਾਇਤਾਂ ਲੈ ਕੇ ਆਉਣਾ ਉਹ ਵੀ ਲੇਡੀਜ਼ ਹੈ। ਸੰਗਰੂਰ ਤੋਂ ਸ਼ੁਰੂ ਕੀਤਾ ਹੋਇਆ, 8 ਨੇ ਹੁਣ ਤੱਕ। ਇਹਦੇ ਵਿੱਚ ਵੀ ਆਪਾਂ ਸਪੈਸ਼ਲੀ ਗੱਡੀਆਂ ਪਾਈਆਂ ਲੇਡੀਜ਼ ਸੁਰੱਖਿਆ ਦੀਆਂ, ਅਤੇ ਪਹਿਲੀ ਵਾਰ ਹੋਇਆ ਪੰਜਾਬ 'ਚ। ਇਸ ਵਕਤ 10 DC ਕੁੜੀਆਂ ਨੇ, 6 SSP ਕੁੜੀਆਂ ਨੇ ਪੰਜਾਬ 'ਚ, ਪਹਿਲੀ ਵਾਰ ਹੋਇਆ ਇਹ। ਸੋ ਅਸੀਂ, ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੀਆਂ ਧੀਆਂ ਆਪਣੀਆਂ ਭੈਣਾਂ ਨੂੰ ਮਾਨ ਸਨਮਾਨ ਦੇਈਏ, ਉਹਨਾਂ ਦੀ ਡਿਗਰੀਆਂ ਮੁਤਾਬਕ ਉਹਨਾਂ ਨੂੰ ਕੰਮ ਮਿਲੇ। ਬਾਕੀ ਜਿੱਥੇ ਤੱਕ ਪੁਲਿਸ ਦੀ ਰਿਸਪੈਕਟ ਦੀ ਗੱਲ ਹੈ, ਮੈਂ ਪਹਿਲਾਂ ਦੇਖਦਾ ਰਿਹਾ ਲੀਡਰਾਂ ਨੂੰ। ਕਈ ਵਾਰੀ ਮੈਂ ਸ਼ੋਆਂ 'ਤੇ ਵੀ ਜਾਂਦਾ ਰਿਹਾ ਅਤੇ ਉੱਥੇ ਮੁੱਖ ਮੰਤਰੀ ਵੀ ਆਉਂਦੇ ਰਹੇ ਸਮੇਂ ਸਮੇਂ ਦੇ। ਮੈਨੂੰ ਬੜਾ ਗਲਤ ਲੱਗਦਾ ਸੀਗਾ ਜਦੋਂ ਕੋਈ ਮੁੱਖ ਮੰਤਰੀ ਆ ਜਾਂਦਾ, ਪ੍ਰੋਟੋਕੋਲ ਮੁਤਾਬਕ ਉਹਨੂੰ ਸਲੂਟ ਕਰਦੇ ਸੀਗੇ ਜਿਹੜੇ ਜਵਾਨ ਖੜ੍ਹੇ ਰਸਤੇ 'ਚ, ਤਾਂ ਸਲੂਟ ਦਾ ਜਵਾਬ ਨਹੀਂ ਦਿੰਦੇ ਸੀ, ਝਾਕਦੇ ਵੀ ਨਹੀਂ ਸੀ ਉਹਨਾਂ ਵੱਲ। ਇਹ ਤਾਂ ਫਿਰ ਇੱਦਾਂ ਹੀ ਹੋ ਗਿਆ, ਫਿਰ ਜਿਵੇਂ ਆਪਾਂ ਕਿਸੇ ਵੱਲ ਹੱਥ ਕੱਢੀਏ ਹੱਥ ਮਿਲਾਉਣ ਵਾਸਤੇ, ਅਗਲਾ ਕੱਢੇ ਨਾ, ਫਿਰ ਆਪਾਂ ਨੂੰ ਨਮੋਸ਼ੀ ਹੁੰਦੀ ਹੈ ਨਾ। ਫਿਰ ਜਦੋਂ ਤੋਂ ਮੈਂ MP ਬਣਿਆ, ਕਿਉਂਕਿ ਉਦੋਂ ਪਹਿਲਾਂ ਤਾਂ ਸਲੂਟ ਪੈਂਦੇ ਨਹੀਂ, ਜਦੋਂ ਤੋਂ ਮੈਂ MP ਬਣਿਆ, ਜਿੰਨੇ ਵੀ ਮੁੰਡੇ ਡਿਊਟੀ 'ਤੇ ਲੱਗਦੇ ਸੀ ਜਾਂ ਰੂਟ ਲੱਗਦਾ ਸੀ ਅੱਜ ਤੱਕ ਮੁੱਖ ਮੰਤਰੀ ਦੇ, ਅੱਜ ਤੱਕ ਮੈਂ ਹਰ ਇੱਕ ਸਲੂਟ ਦਾ ਜਵਾਬ ਦਿੰਦਾ, ਕੋਈ ਸਲੂਟ ਮੈਂ ਅਨਅਟੈਂਡਡ ਨਹੀਂ ਛੱਡਦਾ। ਇੱਕ ਵਾਰੀ ਮੈਂ ਮੁਕਤਸਰ ਮਾਘੀ ਮੇਲੇ 'ਚੋਂ ਨਿਕਲ ਰਿਹਾ ਸੀ, ਜਦੋਂ ਹਜੇ ਸਾਡੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ, ਤਾਂ ਮੈਂ ਬਾਹਰ ਨਿਕਲਿਆ ਅਤੇ ਮੈਂ ਕਿਤੇ ਫੋਨ 'ਤੇ ਲੱਗ ਗਿਆ। ਇੱਕ ਟ੍ਰੈਫਿਕ ਵਾਲੇ ਮੁੰਡੇ ਨੇ ਸਲੂਟ ਮਾਰਿਆ, ਮੈਨੂੰ ਪਤਾ ਨਹੀਂ ਲੱਗਿਆ, ਮੈਨੂੰ ਡਰਾਈਵਰ ਨੇ ਮੁੰਡੇ ਦੱਸਿਆ, ਕਹਿੰਦਾ ਉਹ ਮੁੰਡੇ ਨੇ ਸਲੂਟ ਮਾਰਿਆ ਸੀ, ਤੁਸੀਂ ਫੋਨ 'ਤੇ ਸੀ। ਮੈਂ ਗੱਡੀ ਬੈਕ ਕਰ ਲਾ, ਗੱਡੀ ਦੀ ਰੂਹ ਮਾਰ ਕੇ ਮੈਂ ਆਇਆ ਦੁਬਾਰਾ ਉਸ ਚੌਂਕ 'ਤੇ ਜਿੱਥੇ ਖੜ੍ਹਾ ਸੀ, ਉੱਤਰ ਕੇ ਮੈਂ ਉਹਨੂੰ ਕਿਹਾ, ਮੈਂ ਕਿ ਸੋਰੀ, ਮੈਂ ਕਿਤੇ ਹੋਰ ਦੇਖਦਾ ਸੀ, ਮੈਂ ਯਾਰ ਤੈਨੂੰ ਸਲੂਟ ਕਰਨਾ ਦੁਬਾਰਾ। ਮਾਣ ਮਹਿਸੂਸ ਹੁੰਦਾ ਇਹਦੇ ਨਾਲ,
ਜਨਮਦਿਨ ਦੇ ਕਾਰਡ ਆਉਂਦੇ ਆ ਨਾ ਤੁਹਾਨੂੰ, ਤਾਂ ਆਉਣ ਸਾਰ ਮੈਂ ਸ਼ੁਰੂ ਕੀਤਾ ਕਿ ਡੀ ਜੀ ਪੀ ਦੇ ਸਾਈਨ ਹੋਣ, ਮੇਰੇ ਸਾਈਨ ਹੋਣ, ਅਤੇ ਤੁਹਾਡੇ ਘਰ ਤੁਹਾਡੇ ਜਨਮਦਿਨ ਵਾਲੇ ਦਿਨ ਬਹੁਤ ਸ਼ਾਨਦਾਰ ਕਾਰਡ ਆਵੇ ਜਿਹ 'ਚ ਤੁਹਾਡੀਆਂ ਪ੍ਰਾਪਤੀਆਂ ਲਿਖੀਆਂ ਹੋਣ। ਬੱਚਿਆਂ ਨੂੰ ਮਾਣ ਮਹਿਸੂਸ ਹੁੰਦਾ, ਬੱਚੇ ਸਕੂਲ 'ਚ ਲੈ ਕੇ ਜਾਂਦੇ ਹੋਣੇ ਉਹ ਜਨਮ ਕਾਰਡ ਕਿ ਮੇਰੇ ਪਾਪਾ ਵਾਸਤੇ ਕਾਰਡ ਆਇਆ। ਦੇਖੋ ਮਾਣ ਮਹਿਸੂਸ, ਇੱਜ਼ਤ ਹੈ, ਜਿੰਨੀ ਇੱਜ਼ਤ ਦੇ ਦੋਗੇ ਉੱਨੀ ਇੱਜ਼ਤ ਲੈ ਲਓਗੇ ਫਿਰ। ਸੋ ਇਸ ਕਰਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤੁਹਾਡੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਗਲਤੀਆਂ ਕਈ ਵਾਰੀ ਤੁਸੀਂ ਕਰ ਦਿੰਦੇ ਹੋ ਜਾਂਦੀਆਂ ਨੇ, ਪਰ ਟੰਗੇ ਜਾਂਦੇ ਨੇ ਤੁਹਾਡੇ ਅਫਸਰ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕੀ ਹੋ ਗਿਆ। ਗਲਤੀ ਤੁਹਾਡੇ ਲੈਵਲ 'ਤੇ ਹੁੰਦੀ ਹੈ, ਫਿਰ ਬਾਅਦ 'ਚ ਧਰਨੇ ਹੁੰਦੇ ਨੇ, ਫਿਰ ਬਾਅਦ 'ਚ ਪਤਾ ਨਹੀਂ ਕਿੱਥੇ ਕਿੱਥੇ ਤੱਕ ਗੱਲ ਜਾਂਦੀ ਹੈ। ਸੋ ਮੈਂ ਕਹਿੰਦਾ ਕਿ ਆਪਾਂ ਕੰਮ ਹੀ ਇਸ ਤਰੀਕੇ ਨਾਲ ਕਰੀਏ ਕਿ ਤੁਹਾਨੂੰ ਮਾਨ ਸਨਮਾਨ ਬਣਦਾ ਮਿਲੂਗਾ, ਬਿਲਕੁਲ ਤੁਹਾਨੂੰ ਕਦੇ ਇਗਨੋਰ ਨਹੀਂ ਕਰਾਂਗੇ, ਗੱਡੀਆਂ ਦੇ ਰੂਪ 'ਚ ਵੀ, ਚਾਹੇ ਕੋਈ ਕੱਲ੍ਹ ਨੂੰ ਕੰਪਿਊਟਰ ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਨਾਲ ਜੋੜ ਰਹੇ ਹਾਂ, ਐਨ ਪੂਰਾ ਅਪਡੇਟ ਰੱਖਾਂਗੇ। ਪਰ ਤੁਸੀਂ ਆਪਣੀ ਡਿਊਟੀ ਤਨਦੇਹੀ ਨਾ ਕਰੋ। ਮੈਂ ਆਪਣੀ ਡਿਊਟੀ ਕਰ ਰਿਹਾ, ਮੇਰੀ ਵੀ ਡਿਊਟੀ ਹੈ, ਮੇਰੀ ਘੱਟੋ ਘੱਟ ਨਹੀਂ ਤਾਂ 10 ਤੋਂ 12 ਘੰਟੇ ਤਾਂ ਮੇਰੇ ਐਵਰੇਜ ਕੰਮ ਕਰਨ ਦੇ ਨੇ। 200-300 ਫਾਈਲਾਂ ਸਾਈਨ ਕਰਕੇ ਆਇਆ, ਹੁਣ ਇੱਥੇ ਆਇਆ ਤੁਹਾਡੇ ਕੋਲ, ਇਹ ਤੋਂ ਬਾਅਦ ਨਕੋਦਰ ਜਾਊਂਗਾ, ਇੱਕ ਹੋਸਪਿਟਲ ਦਾ ਉਦਘਾਟਨ ਹੈ, ਜਾ ਕੇ ਫਿਰ 2-3 ਮੀਟਿੰਗਾਂ ਨੇ, ਫੈਸਲੇ ਲੈਣੇ ਨੇ, ਬਜਟ ਸੈਸ਼ਨ ਆ ਰਿਹਾ। ਸੋ ਜੇ ਡਿਊਟੀ ਇੱਕ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕਿਸਾਨ ਕਰ ਰਿਹਾ, ਇਹ ਡਿਊਟੀ ਜਿਹੜੀ, ਇਹ ਕੰਮ ਜਿਹੜਾ ਮੈਂ ਕਰ ਰਿਹਾ, ਇਹ ਮੈਂ ਹੱਥ ਜੋੜ ਕੇ ਲੋਕਾਂ ਤੋਂ ਮੰਗਿਆ ਕਿ ਮੈਂ ਤੁਹਾਡੇ ਹੱਥ ਬੰਨਦਾ ਜੀ, ਮੈਨੂੰ ਦੇ ਕੇ ਦੇਖੋ ਇਹ ਕੰਮ, ਮੈਂ ਵਧੀਆ ਕਰ ਲਊਂਗਾ। ਤਾਂ ਫਿਰ ਮੈਂ ਕਰ ਰਿਹਾ, ਇਹ ਕੋਈ ਸਾਨ ਥੋੜ੍ਹੀ ਕਰ ਰਿਹਾ। ਚਾਹੇ ਮੁਹੱਲਾ ਕਲੀਨਿਕ ਖੁੱਲ੍ਹ ਰਹੇ ਨੇ, ਚਾਹੇ ਤੀਰਥ ਯਾਤਰਾ ਦੀ ਸਕੀਮ ਚੱਲ ਰਹੀ ਹੈ, ਚਾਹੇ ਸਕੂਲ ਬਹੁਤ ਸ਼ਾਨਦਾਰ ਬਣ ਰਹੇ ਨੇ, ਥਰਮਲ ਪਲਾਂਟ ਖਰੀਦ ਲਿਆ, ਬਿਜਲੀ ਆਮ ਹੋ ਗਈ, ਕੱਸੀਆਂ ਪੁਰਾਣੀਆਂ, ਤੁਹਾਡੀ ਵੀ ਡਿਊਟੀ ਲੱਗਦੀ ਹੋਣੀ, ਪੁਰਾਣੀਆਂ ਕੱਸੀਆਂ ਜਿੱਥੇ 35-35 ਸਾਲ ਪਹਿਲਾਂ ਪਾਣੀ ਹੀ ਨਹੀਂ ਦੇਖਿਆ ਲੋਕਾਂ ਨੇ, ਉਹ ਕੱਸੀਆਂ ਚਲਾ ਰੱਖੀਆਂ ਨੇ ਆਪਾਂ ਨੇ। ਸੋ ਆਪਾਂ ਚਾਹੁੰਦੇ ਹਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ, ਲੰਡਨ ਕੈਲੀਫੋਰਨੀਆ ਪੈਰਿਸ ਬਣਾਉਣ ਦੀ ਲੋੜ ਨਹੀਂ, ਸਾਨੂੰ ਤਾਂ ਸਾਡਾ ਪੰਜਾਬ ਹੀ ਮੋੜ ਦਿਉ। ਗੁਰੂਆਂ ਪੀਰਾਂ ਦੀ ਧਰਤੀ, ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਹੈ ਜਿੱਥੇ ਆਪਾਂ ਬੈਠੇ ਹਾਂ, ਮਤਲਬ ਸ਼ੇਰੇ ਪੰਜਾਬ ਦੀ ਧਰਤੀ, ਆ ਨਾਲ ਹੀ ਸ਼ਹੀਦ ਆਜ਼ਮ ਦੀ ਧਰਤੀ ਖਟਕੜ ਕਲਾਂ, ਆ ਇਧਰਲੇ ਪਾਸੇ ਸੁਖਦੇਵ ਦੀ ਧਰਤੀ ਲੁਧਿਆਣਾ, ਢੁੱਡੀ ਕੇ ਚਲੇ ਜਾਓ ਲਾਲਾ ਲਾਜਪਤ ਰਾਏ ਦੀ ਧਰਤੀ, ਸਨਾਮ ਚਲੇ ਜਾਓ ਸ਼ਹੀਦ ਊਧਮ ਸਿੰਘ ਦੀ ਧਰਤੀ, ਲੁਧਿਆਣੇ ਤੋਂ 20 ਕਿਲੋਮੀਟਰ ਪੱਖੋਵਾਲ ਰੋਡ 'ਤੇ ਹੋ ਜਾਓ, ਸਰਾਭਾ ਰੋਡ 'ਤੇ ਹੋ ਜਾਓ, ਕਰਤਾਰ ਸਿੰਘ ਸਰਾਭੇ ਦੀ ਧਰਤੀ। ਕੋਈ ਪਿੰਡ ਹੈ ਜਿੱਥੇ ਬੁੱਤ ਨਾ ਲੱਗਿਆ ਹੋਵੇ ਸ਼ਹੀਦ ਦਾ? ਕੋਈ ਪਿੰਡ, 3-4 ਪਿੰਡਾਂ ਛੱਡ ਕੇ ਕੋਈ ਪਿੰਡ ਹੈ ਵੀ 3-4 ਪਿੰਡ ਛੱਡ ਕੇ ਕਿਤੇ ਗੁਰੂਆਂ ਦੀ ਚਰਨ ਛੋਹਰਾ ਪ੍ਰਾਪਤ ਹੋਵੇ? ਸੋ ਆਪਾਂ ਬਹੁਤ ਬਲੈਸਡ ਹਾਂ, ਮਿਹਨਤੀ ਲੋਕ ਨੇ, ਲੋਕਾਂ ਨੂੰ ਕੰਮ ਦੇਵਾਂਗੇ। ਦੇਖੋ ਕ੍ਰਾਈਮ ਕਿੱਥੋਂ ਨਿਕਲਦਾ, ਕ੍ਰਾਈਮ ਨਿਕਲਦਾ ਜਦੋਂ ਬੇਰੁਜ਼ਗਾਰੀ ਹੈ, ਵਿਹਲਾ ਮਨ ਸ਼ੈਤਾਨੀ ਦਾ ਘਰ। ਜੇ ਵਿਹਲਾ ਹੋਊਗਾ, ਆਲੇ ਦੁਆਲੇ ਬੁਰੀ ਸੰਗਤ ਪਾਉਣ ਵਾਲੇ ਬਹੁਤ ਨੇ, ਉਹਨੂੰ ਉਹ ਬੜੀ ਈਜ਼ੀਲੀ ਉਹਨਾਂ ਦੇ ਜਾਲ 'ਚ ਫਸ ਜਾਊਗਾ। ਜੇ ਉਹ ਕੰਮ 'ਤੇ ਗਿਆ ਹੋਊਗਾ, ਕੌਣ ਆਊਗਾ? ਤੁਸੀਂ ਕਿਸੇ ਇਹੋ ਜਿਹੇ ਬੰਦੇ ਨੂੰ ਜਾਣਦੇ ਹੋ? ਤੁਸੀਂ ਥਾਣਿਆਂ 'ਚ ਕੰਮ ਕਰਦੇ ਹੋ, ਤੁਸੀਂ ਕਿਸੇ ਆਪਣੇ ਥਾਣੇ ਦੇ ਇਲਾਕੇ ਦੇ ਇਹੋ ਜਿਹੇ ਬੰਦੇ ਨੂੰ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ, ਚਿੱਟਾ ਵੀ ਖਾਂਦਾ? ਨਹੀਂ, ਉਹਦੇ ਕੋਲ ਟਾਈਮ ਹੀ ਨਹੀਂ ਹੈਗਾ ਜੀ। ਸੋ ਇਸ ਕਰਕੇ ਅਸੀਂ ਨੌਕਰੀਆਂ ਦੇ ਰਹੇ ਹਾਂ, ਅਸੀਂ ਖੇਡਾਂ 'ਚ ਬੱਚਿਆਂ ਨੂੰ ਅੱਗੇ ਲੈ ਕੇ ਆ ਰਹੇ ਹਾਂ, ਆਓ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਤੀਆਂ, ਜਿੱਤੋ ਜਿੱਤੋ ਮੈਡਲ ਜਿੱਤੋ, ਹਾਕੀ ਵਾਲੇ ਜਾਂ ਜਿੰਨੇ ਵੀ ਜਿੱਤੇ ਆ, 1 ਕਰੋੜ ਰੁਪਈਆ ਸੋਨੇ ਦਾ ਤਗਮੇ ਦਾ ਦੇ ਰਹੇ ਹਾਂ। ਪੰਜਾਬ ਪੁਲਿਸ 'ਚ ਭਰਤੀ, 2200 ਬੰਦਾ ਪੰਜਾਬ ਪੁਲਿਸ ਦੇ ਵਿੱਚ ਜੋ ਪੋਸਟ ਖਾਲੀ ਹੁੰਦੀ ਹੈ ਹਰ ਸਾਲ, 1600 ਕਾਂਸਟੇਬਲ, ਬਾਕੀ
ਹੈੱਡ ਕਾਂਸਟੇਬਲ ਸਬ ਇੰਸਪੈਕਟਰ ਪਹਿਲਾਂ ਕਦੇ ਨਹੀਂ ਇਹਨਾਂ ਨੇ ਕੱਢੀ ਐਡ, ਆਖਰੀ ਸਾਲ 'ਚ 8-9 ਹਜ਼ਾਰ ਕੱਢ ਦਿੰਦੇ ਸੀ ਵੋਟਾਂ ਵਾਲੇ ਸਾਲ। ਉਦੋਂ 2 ਮਹੀਨੇ ਪਹਿਲਾਂ ਦੱਸਦੇ ਸੀ ਨੌਜਵਾਨ ਮੁੰਡੇ, ਕਹਿੰਦੇ ਯਾਰ ਪਹਿਲਾਂ ਦੱਸ ਦਿੰਦੇ ਥੋੜ੍ਹਾ ਜਿਹਾ ਤਿਆਰੀ ਕਰ ਲੈਂਦੇ ਸੀ, ਫਿਜ਼ੀਕਲੀ ਤਿਆਰੀ ਕਰ ਲੈਂਦੇ। ਉਹ 'ਚੋਂ ਵੀ ਕੋਈ ਹਾਈ ਕੋਰਟ 'ਚ ਰਿੱਟ ਪੈ ਗਈ, ਫੜਨਾ ਹੋ ਗਿਆ, ਚਲੋ ਜੀ ਵਿੱਚ ਹੀ ਰਹਿ ਗਏ। ਅਸੀਂ ਕੀ ਕੀਤਾ, ਅਸੀਂ ਹਰ ਸਾਲ ਦੇ ਨੋਟੀਫਿਕੇਸ਼ਨ ਜਾਰੀ ਕਰਤੇ। ਹਰ ਸਾਲ ਜਨਵਰੀ ਦੇ ਵਿੱਚ ਪੁਲਿਸ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਕਰੂ, ਜੂਨ ਜੁਲਾਈ ਦੇ ਵਿੱਚ ਉਹਨਾਂ ਦਾ ਲਿਖਤੀ ਪੇਪਰ, ਅਗਸਤ 'ਚ ਉਹਦਾ ਰਿਜ਼ਲਟ, ਅਕਤੂਬਰ 'ਚ ਫਿਜ਼ੀਕਲ ਟੈਸਟ, ਨਵੰਬਰ 'ਚ ਉਹਦਾ ਰਿਜ਼ਲਟ। ਅਤੇ ਉਹਦੇ ਵਿੱਚ 2 ਕਲੋਜ਼ ਨੇ, ਇੱਕ ਤਾਂ ਡੋਪ ਟੈਸਟ, ਇੱਕ ਕੋਈ FIR ਨਾ ਹੋਵੇ ਤਾਂ ਕਿ ਬੱਚੇ ਝਗੜਿਆਂ ਤੋਂ, ਛੋਟੇ ਮੋਟੇ ਝਗੜਿਆਂ ਤੋਂ ਬਚਣ ਅਤੇ ਸਰੀਰ ਬਣਾਉਣ, ਡੋਪ 'ਚ ਵੀ ਨਸ਼ਾ ਨੁਸ਼ਾ ਦੂਰ ਰਹਿਣ। ਨਵੰਬਰ 'ਚ ਉਹਦਾ ਰਿਜ਼ਲਟ, ਦਸੰਬਰ 'ਚ, ਹਰ ਸਾਲ ਦਸੰਬਰ 'ਚ 2200 ਪੁਲਿਸ ਵਾਲੇ ਆਪਣੀ ਜੌਬ 'ਤੇ ਹੋਣਗੇ, ਹਰ ਸਾਲ 2200 ਤੋਂ ਵੱਧ। ਮੈਂ ਕਿੱਥੋਂ ਆਈਡੀਆ ਆਇਆ, ਮੈਂ ਅਫਸਰਾਂ ਨੂੰ ਪੁੱਛਿਆ ਵੀ ਜਿਹੜੇ IPS ਨੇ ਜਾਂ IAS ਨੇ, UPSC ਦੇ ਅੰਡਰ ਜਿਹੜੇ ਹੁੰਦੇ ਨੇ, ਵੀ ਦੇਸ਼ 'ਚ ਕਿੰਨੇ ਚਾਹੀਦੇ ਹੁੰਦੇ ਆ ਹਰ ਸਾਲ? ਹਰ ਸਾਲ ਆਪਣੇ ਦੇਸ਼ ਨੂੰ 800 ਅਫਸਰ ਚਾਹੀਦਾ, IPS, IAS, IRS, 800 ਅਫਸਰ ਚਾਹੀਦਾ ਹਰ ਸਾਲ। ਪਰ ਪੇਪਰ ਕਿੰਨੇ ਦਿੰਦੇ ਨੇ? 8 ਲੱਖ UPSC ਦਾ, ਚਾਹੇ ਉਹ ਬਿਹਾਰ ਦੇ ਵਿੱਚ ਸਟੇਸ਼ਨਾਂ 'ਤੇ ਬਹਿ ਕੇ ਪੜ੍ਹਨ, ਜਿਵੇਂ ਮਰਜ਼ੀ ਪੇਪਰ ਦੀ ਤਿਆਰੀ ਕਰ ਰਹੇ ਆ। 8 ਲੱਖ ਬੰਦਾ, ਬੱਚਾ ਪੇਪਰ ਦਿੰਦਾ, 800 ਜਿਹੜੀ ਪੋਸਟ ਹੈ, ਫਿਰ ਉਹ ਰੈਂਕ ਆਉਂਦਾ ਨਹੀਂ ਆਉਂਦਾ, ਫਿਰ ਨੈਕਸਟ ਅਟੈਂਪਟ ਆ ਜਾਂਦੀ। ਮੈਂ ਕਿਹਾ ਜੇ 800 ਵਾਸਤੇ 8 ਲੱਖ ਆ ਸਕਦਾ, 2200 ਵਾਸਤੇ ਤਾਂ ਵੱਧ ਆਉਣਗੇ ਗਰਾਊਂਡਾਂ 'ਚ। ਫਿਰ ਤੁਸੀਂ ਯਕੀਨ ਕਰਿਓ, 1600 ਦੀਆਂ ਜਿਹੜੇ ਕਾਂਸਟੇਬਲ ਦੀਆਂ ਪੋਸਟਾਂ ਨੇ, ਉਹਦੇ ਵਾਸਤੇ ਸਾਡੇ ਕੋਲ 6.5 ਲੱਖ ਐਪਲੀਕੇਸ਼ਨ ਆ ਗਈਆਂ, 6.5 ਲੱਖ 1600 ਵਾਸਤੇ। ਬੱਚੇ ਗਰਾਊਂਡ 'ਚ ਭੱਜੇ ਫਿਰਦੇ ਨੇ, ਹੁਣ ਸਰੀਰ ਬਣਾਉਂਦੇ ਨੇ। ਸਮਗਲਿੰਗ ਜਿਹੜੀ ਹੈ ਨਾ, ਡਰੱਗ ਜਿਹੜੀ ਹੈ, ਬੜਾ ਵੱਡਾ ਵਿਸ਼ਾ ਹੈ, ਤੁਹਾਡੇ ਨਾਲ ਰਿਲੇਟਡ ਹੈ, ਇਹਨੂੰ ਕਿੱਥੋਂ ਕਿੱਥੋਂ ਰੋਕ ਲਓਗੇ? ਇੱਧਰੋਂ ਰੋਕੋਗੇ, ਇੱਧਰੋਂ ਆਜੂ, ਇੱਧਰੋਂ ਰੋਕੋਗੇ, ਇੱਧਰੋਂ ਆਜੂ। ਮੈਂ ਇਹ ਚਾਹੁੰਦਾ ਬੱਚਿਆਂ ਨੂੰ ਖੇਡਾਂ 'ਚ ਲੈ ਕੇ, ਬੱਚਿਆਂ ਨੂੰ ਰੋਜ਼ਗਾਰ ਦੇ ਕੇ, ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਭੇਜ ਕੇ, ਜਿਹੜੇ ਸਮਗਲਰ ਨੇ ਨਾ, ਉਹਨਾਂ ਦੇ ਗਾਹਕ ਹੀ ਖਤਮ ਕਰ ਦਈਏ। ਉਹ ਜਿਹੜੇ ਬੰਦਿਆਂ ਨੂੰ ਭੇਜਦੇ ਨੇ, ਆਪ ਥੋੜ੍ਹੀ ਆਉਂਦੇ ਨੇ, ਉਹ ਤਾਂ ਕਿਸੇ ਬੰਦੇ ਨੂੰ ਭੇਜਦੇ ਨੇ ਵੇਚਣ। ਜਦੋਂ ਉਹ ਨਾ ਵੇਚੇ, ਉਹ ਪੁੱਛੇ ਉਹਨੂੰ ਵੀ ਤੂੰ ਵੇਚਦਾ ਕਿਉਂ ਨਹੀਂ, ਉਹ ਕਵੇ ਮੈਂ ਕੀ ਕਰਾਂ ਜੀ, ਕੋਈ ਖਰੀਦਣ ਵਾਲੀ ਹੈ ਨਹੀਂ ਅੱਗੇ। ਸੋ ਆਪਾਂ ਗਾਹਕ ਖਤਮ ਕਰ ਦਈਏ, ਬੱਚਿਆਂ ਨੂੰ ਕੰਮ 'ਤੇ ਲਾ ਦਈਏ, ਸਰੀਰ ਨਾਲ ਪਿਆਰ ਹੋਵੇ ਉਹਨਾਂ ਨੂੰ, ਕੁਸ਼ਤੀਆਂ, ਕਬੱਡੀਆਂ, ਮੇਲੇ ਸ਼ੁਰੂ ਕਰੀਏ ਦੁਬਾਰੇ। ਸੋ ਇਹ ਸਾਡਾ ਜਿਹੜਾ ਮਿਸ਼ਨ ਹੈ। ਇੱਕ ਹੋਰ ਮੈਂ ਤੁਹਾਨੂੰ ਰਿਕੁਐਸਟ ਕਰਦਾ, ਮੈਨੂੰ ਪਤਾ ਹੈ ਨਾ, ਕਿਉਂਕਿ ਮੈਂ ਧਰਤੀ ਥੱਲੋਂ ਆਇਆ, ਕਈ ਵਾਰੀ ਕੀ ਹੁੰਦਾ ਨਾ, ਉਹ ਵੀ ਸਹੀ ਨੇ, ਤੁਸੀਂ ਵੀ ਸਹੀ। ਉਹ ਕਹਿੰਦੇ ਨਸ਼ੇ ਆ ਵੇਚਣ ਵਾਲਾ, ਅਸੀਂ ਫੜਿਆ ਪਿੰਡ 'ਚ, ਅਸੀਂ ਥਾਣੇ ਛੱਡ ਕੇ ਆਏ, ਫੜਾ ਕੇ ਆਏ। ਕਹਿੰਦੇ ਅਸੀਂ ਤਾਂ ਬੱਸ ਬੁਸ 'ਤੇ ਬਾਅਦ 'ਚ ਆਏ ਹਾਂ, ਉਹ ਪਿੰਡ ਪਹਿਲਾਂ ਫਿਰਦਾ ਸੀ ਸਾਡੇ ਨਾਲੋਂ। ਕਾਰਨ, ਜਾਂ ਤਾਂ ਫਿਰ ਉਦੋਂ ਫੋਨ ਆ ਗਿਆ ਹੋਣਾ ਕੋਈ ਕਿਸੇ ਦਾ, ਵੀ ਆਪਣੇ ਹੀ ਬੰਦਾ ਛੱਡ ਦਿਓ। ਪਰ 2 ਸਾਲ ਪਹਿਲਾਂ ਇਹ ਹੁੰਦਾ ਸੀ, ਜਾਂ ਫਿਰ ਕੋਈ ਜ਼ਮਾਨਤ ਪੈ ਇਹੋ ਜਿਹੀ ਹੈ, ਉਹ ਜਿਹੜਾ ਐਕਟ ਹੈ ਉਹਦੇ ਵਿੱਚ ਇਹ ਹੈ ਵੀ ਮੌਕੇ 'ਤੇ ਜ਼ਮਾਨਤ ਹੋ ਸਕਦੀ ਹੈ। ਪਰ ਲੋਕ ਵੀ ਸਹੀ ਨੇ। ਸੋ ਅਸੀਂ ਹੁਣ ਇੱਕ ਤਾਂ ਉਹ ਕੰਮ ਬੰਦ ਕੀਤਾ ਹੋਇਆ ਕਿ ਤੁਹਾਨੂੰ ਕੋਈ ਲੀਡਰ, ਸਾਡੀ ਪਾਰਟੀ ਦਾ ਕੋਈ ਨੇਤਾ ਜਾਂ ਕੋਈ MLA ਜਾਂ ਮੰਤਰੀ ਕੋਈ ਗਲਤ ਕੰਮ ਵਾਸਤੇ ਫੋਨ ਨਹੀਂ ਕਰੂਗਾ। ਤੁਹਾਡੇ ਤੋਂ ਕੋਈ ਗਲਤ ਕੰਮ ਅਸੀਂ ਕਰਾਉਣਾ ਨਹੀਂ, ਸਹੀ ਛੱਡਣਾ ਨਹੀਂ, ਗਲਤ ਕਹਿਣਾ ਨਹੀਂ। ਇਹ ਗੱਲ ਤਾਂ ਤੁਸੀਂ ਬਿਲਕੁਲ ਨਿਰਪੱਖ ਰਹੇ ਹੋ ਇਸ ਵਕਤ।
ਪਹਿਲਾਂ ਤਾਂ ਤੁਹਾਡੇ ਤੁਹਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਕਿਤੋਂ ਕਿਤੋਂ ਕੀ ਕਰਾਈ ਜਾਂਦੇ ਨੇ, ਆਹ ਕਰ ਦਿਓ ਬਾਅਦ ਸਸਪੈਂਡ ਹੋਣ ਨੂੰ, ਤੁਸੀਂ ਕੋਰਟਾਂ 'ਚ ਜਾਣ ਨੂੰ ਤੁਸੀਂ। ਹਾਂ ਕਈ ਵਾਰੀ ਮੈਂ ਦੇਖਿਆ ਵੀ ਇਹ ਕਈ ਹੈਗੇ ਵੀ ਸੀ ਵਿੱਚ ਜਿਹੜੇ ਰਲੇ ਹੋਏ ਸੀ ਉਹਨਾਂ ਨਾਲ, ਮਤਲਬ ਫੋਨ ਕਰਕੇ ਦੱਸਤਾ ਕਿਸੇ ਨੇ ਵੀ ਆਹ ਫਲਾਨੇ ਪਿੱਪਲ ਥੱਲੇ ਇਸ ਵਕਤ ਸਾਡੇ ਪਿੰਡ ਦੇ 5 ਮੁੰਡੇ ਨੇ, ਨਾਲ ਦੇ ਪਿੰਡ ਦੇ 8 ਮੁੰਡੇ ਨੇ, ਅਤੇ 2 ਆਏ ਹੋਏ ਨੇ ਕਾਰ ਲੈ ਕੇ, ਡਰੱਗ ਵੇਚ ਰਹੇ ਨੇ ਅਤੇ ਉਹ ਡਰੱਗ ਉੱਥੇ ਹੀ ਲੈ ਰਹੇ ਨੇ, ਪੁਲਿਸ ਨੂੰ ਦੱਸਤਾ। ਹੁਣ ਜਿਹੜਾ ਮੂਹਰੇ SHO ਹੈ ਉਹਦੇ ਨਾਲ ਉਹਨੂੰ ਤਾਂ ਪੁੱਛ ਕੇ ਗਏ ਨੇ ਉਹ ਵੀ ਇਸ ਪਿੰਡ ਚੱਲੇ ਹਾਂ ਜੀ, ਫਿਰ ਉਹ ਕਿਵੇਂ ਫੜੂਗਾ, ਜਾਂ ਉਹਨੂੰ ਕਿਹਾ ਹੋਇਆ ਵੀ ਤੂੰ ਫੜਨੇ ਨਹੀਂ ਪਰ ਜਾਣਾ ਪੈਣਾ, ਲੈ ਗਏ ਜਿਪਸੀ ਜਿੱਥੇ ਪਿੱਪਲ ਤੋਂ ਜਿੱਥੇ ਉਹ ਨਸ਼ਾ ਕਰੀ ਜਾਂਦੇ, ਉਦੋਂ 100 ਕੁ ਮੀਟਰ 200 ਮੀਟਰ ਪਹਿਲਾਂ ਹੂਟਰ ਮਾਰਨ ਲੱਗ ਗਏ। ਹੂਟਰ ਮਾਰਨਾ ਮਤਲਬ ਕੀ ਹੋ ਗਿਆ ਫਿਰ, ਇਹ ਤੂੰ ਛਾਪਾ ਮਾਰਨ ਗਏ ਫਿਰ ਤੁਸੀਂ, ਇਹ ਤਾਂ ਤੁਸੀਂ ਦੱਸ ਰਹੇ ਹੋ ਉਹਨੂੰ ਵੀ ਆ ਰਿਹਾ ਸੀ, ਇਹਨਾਂ ਨੂੰ ਭੱਜ ਗਏ ਉਹ, ਹੂਟਰ ਮਾਰਨ ਦੀ ਕੀ ਲੋੜ ਸੀ ਵੀ। ਹੁਣ ਜੇ ਆਪਾਂ ਕਿਸੇ ਨੂੰ ਇਹ ਕਹਿ ਦਈਏ ਵੀ ਤੇਰੇ 'ਤੇ ਕੱਲ੍ਹ ਨੂੰ ਛਾਪਾ ਵੱਜੂ ਤੇਰੇ ਘਰ 'ਤੇ, ਉਹ ਕੋਈ ਮਾੜੀ ਚੀਜ਼ ਕਰਦੇ ਘਰੇ ਰੱਖਣ ਦੇਊਗਾ? ਛਾਪਾ ਤਾਂ ਅਚਾਨਕ ਹੁੰਦਾ ਹੈ, ਪਹਿਲਾਂ ਹੀ ਹੂਟਰ ਕੱਢ ਛੱਡਤਾ ਭਾਈ, ਮੈਂ ਵੀ ਆਪਦੀ ਡਿਊਟੀ ਨੂੰ ਆਦੀ, ਤੁਸੀਂ ਵੀ ਡਿਊਟੀ ਨੂੰ ਬਹੁਤ ਜਾ ਭਾਜੋ। ਇਹ 'ਚ ਐਂ ਨਾ ਕਰੋ, ਆਪਣੇ ਧੀਆਂ ਪੁੱਤ ਨੇ ਉਹ ਜਿਹੜੇ ਮਰ ਰਹੇ ਨੇ ਨਸ਼ੇ ਨਾਲ। ਪੁਲਿਸ ਦਾ ਵੀ ਅਸੀਂ ਡੋਪ ਕਰਾਇਆ ਸੀਗਾ ਕਾਫੀ, ਪੁਲਿਸ ਵਾਲੇ ਵੀ ਪੀੜਿਤ ਨੇ, ਮੈਂ ਨਹੀਂ ਕਹਿੰਦਾ ਤੁਸੀਂ ਕੋਈ ਜਾਣ ਬੁੱਝ ਕੇ ਹੋ ਗਏ, ਪਰ ਇਹ ਅਲਾਮਤ ਆਪਾਂ ਨੇ ਖਤਮ ਕਰਨੀ, ਇਹ ਤੁਹਾਡੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਬਣਦੀ, ਕਿਉਂਕਿ ਤੁਹਾਨੂੰ ਅਸੀਂ ਇਹ ਵੀ ਕਿਹਾ ਹੋਇਆ ਕਿ ਇਹ ਵੀ ਥੱਲੋਂ ਸ਼ੁਰੂ ਕਰੋ। ਪਿੰਡ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਕੌਣ ਆਉਂਦਾ, ਫਿਰ ਜਦੋਂ ਉਹਨੂੰ ਫੜ ਲਓਗੇ ਉਹਨੂੰ ਉਹ ਦੱਸੂਗਾ ਤੁਹਾਨੂੰ ਮੈਂ ਤਾਂ ਜੀ 5 ਪਿੰਡਾਂ ਦਾ ਇੰਚਾਰਜ ਹਾਂ, ਮੈਨੂੰ ਤਾਂ ਆਹ ਦਿੰਦਾ, ਉੱਥੇ ਤੱਕ ਜਾਓਗੇ ਫਿਰ ਗਾਹਾਂ ਵਾਲਾ ਮਿਲੂਗਾ ਫਿਰ ਜ਼ਿਲ੍ਹੇ ਵਾਲਾ ਮਿਲੂਗਾ, ਇੱਦਾਂ ਜਿੱਥੇ ਤੱਕ ਜਾ ਸਕਦੇ ਹਾਂ ਜਾਓ, ਅਤੇ ਫਿਰ ਇਹ ਜਿਹੜੀ ਲੜੀ ਟੁੱਟ ਸਕਦੀ ਹੈ। ਉਹ ਮੈਨੂੰ ਉਮੀਦ ਹੈ, ਮੈਂ ਹਰ ਥਾਂ 'ਤੇ ਮਾਣ ਨਾਲ ਕਹਿੰਦਾ, TV 'ਤੇ ਵੀ ਕਿਤੇ ਮੇਰੀ ਇੰਟਰਵਿਊ ਹੋਵੇ, ਕਿ ਅਸੀਂ ਬੜੀ ਜਲਦੀ ਅਸੀਂ ਪੰਜਾਬ ਨੂੰ ਡਰੱਗ ਫਰੀ ਜ਼ੋਨ ਡਿਕਲੇਅਰ ਕਰ ਦਾਂਗੇ, ਪਿੰਡਾਂ 'ਚ ਕਮੇਟੀਆਂ ਬਣਾਈਆਂ ਨੇ, ਪਿੰਡਾਂ ਦੇ ਲੋਕ ਵੀ ਸਾਥ ਦੇ ਰਹੇ ਨੇ, ਪਰ ਤੁਸੀਂ ਇੰਨਾ ਕੁ ਸਾਥ ਦੇ ਦਿਓ ਲੋਕਾਂ ਦਾ ਕਿ ਜੋ ਤੁਹਾਡੇ ਕੋਲ ਆਵੇ ਸ਼ਿਕਾਇਤ ਉਹ 'ਤੇ ਕਾਰਵਾਈ ਤੁਰੰਤ ਹੋਵੇ, ਅਤੇ ਨਾਲ ਪਰਚਾ ਪਾ ਕੇ ਅੰਦਰ ਕਰੋ। ਹਾਂ ਜਿਹੜੇ ਅਡਿਕਟਡ ਨੇ, ਜਿਹੜੇ ਖਾਂਦੇ ਨੇ ਪਿੰਡ 'ਚ, ਉਹਨਾਂ ਨੂੰ ਵੀ ਪਤਾ ਹੁੰਦਾ, ਸਾਰੇ ਪਿੰਡ ਨੂੰ ਪਤਾ ਹੁੰਦਾ, ਕਿੰਨੇ ਕਿੰਨਾ ਦੇ ਮੁੰਡੇ, ਉਹਨਾਂ ਨਾਲ ਸਿੰਪਥੀ ਹੁੰਦੀ ਹੈ ਲੋਕਾਂ ਦੀ ਕਿ ਯਾਰ ਇਹਨਾਂ ਦਾ ਘਰ ਬਰਬਾਦ ਕਰਤਾ ਹੈ ਇਹਨਾਂ ਨੇ, ਉਹਨੂੰ ਆਪਾਂ ਇੱਕ ਮਰੀਜ਼ ਦੇ ਤੌਰ 'ਤੇ ਟ੍ਰੀਟ ਕਰਨਾ, ਉਹਨੂੰ ਤਸਕਰ ਨਹੀਂ ਸਮਝ ਸਕਦੇ ਆਪਾਂ, ਉਹ ਤਾਂ ਇੱਕ ਮਰੀਜ਼ ਹੈ, ਪੇਸ਼ੈਂਟ ਹੈ, ਉਹ ਤਾਂ ਉਹਨੂੰ ਤਾਂ ਹਸਪਤਾਲ ਲੈ ਕੇ ਜਾਵਾਂਗੇ, ਰੀਹੈਬ ਸੈਂਟਰ ਬਣਾ ਰਹੇ ਹਾਂ। ਸੋ ਅੱਜ ਮੌਕਾ ਮੈਨੂੰ ਇਹ ਲੱਗਿਆ ਕਿ ਡਰੱਗ ਬਾਰੇ ਤੁਹਾਨੂੰ ਦੱਸਣ ਦਾ ਬਹੁਤ ਵਧੀਆ ਹੈ, ਕਿਉਂਕਿ ਪੰਜਾਬ ਦੇ ਸਭ ਤੋਂ ਵੱਧ SHO ਅੱਜ ਪਹਿਲੀ ਵਾਰ ਇਕੱਠੇ ਹੋਏ ਨੇ, ਅਤੇ ਤੁਹਾਡੇ ਕੋਲ ਸ਼ਿਕਾਇਤਾਂ ਸਭ ਤੋਂ ਪਹਿਲਾਂ ਆਉਂਦੀਆਂ ਨੇ, ਅਗਲੇ ਐਕਸ਼ਨ ਤਾਂ ਹਾਂ ਅਸੀਂ ਆਪ ਹੀ ਲਈ ਜਾਵਾਂਗੇ, ਤੁਸੀਂ ਇੱਕ ਵਾਰੀ ਇਹੋ ਜਿਹਾ ਕੇਸ ਬਣਾ ਕੇ ਭੇਜ ਦਿਓ, ਅਸੀਂ ਆਪ ਹੀ ਅੱਗੇ ਉਹਨਾਂ ਤੋਂ, ਚਾਹੇ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਜਾਵੇ, ਅਸੀਂ ਜ਼ਮਾਨਤਾਂ ਨਹੀਂ ਹੋਣ ਦੇਵਾਂਗੇ ਉਹਨਾਂ ਦੀਆਂ, ਜਿਨ੍ਹਾਂ ਨੇ ਲੋਕਾਂ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਵਿਛਾਏ ਨੇ, ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟਿਆਂ ਕੀਤਾ। ਸੋ ਇਹਨੂੰ ਮਿਸ਼ਨ ਮੰਨ ਕੇ ਚੱਲੇ ਹੋ ਕਿ ਤੁਹਾਡਾ ਪੁੰਨ ਲੱਗੂਗਾ ਤੁਹਾਨੂੰ, ਕਿ ਹਿਸਟਰੀ 'ਚ ਤੁਹਾਡਾ ਨਾਂ ਲਿਖਿਆ ਜਾਊ, ਜਦੋਂ ਪੰਜਾਬ ਡਰੱਗ ਫਰੀ ਬਣਿਆ ਸੀ ਉਦੋਂ ਕੌਣ ਕੌਣ ਉੱਥੇ ਅਫਸਰ ਕੰਮ ਕਰਦੇ ਸੀ, ਤੁਹਾਡਾ ਨਾਂ ਸੁਨਹਿਰੀ ਅੱਖਰਾਂ 'ਚ ਆਇਆ ਕਰੂਗਾ ਕਿ ਤੁਸੀਂ ਵੀ ਇਸ ਥਾਣੇ ਦੇ ਇੰਚਾਰਜ ਸੀ। ਅੱਜ ਵੀ ਤਾਂ ਆਉਂਦਾ ਜਦੋਂ ਭਗਤ ਸਿੰਘ ਹੋਰੀ ਫੜੇ ਨੇ, ਕੌਣ ਥਾਣੇਦਾਰ ਸੀ,
ਜਦੋਂ ਭਗਤ ਸਿੰਘ ਹੋਰਾਂ ਨੂੰ ਫਾਂਸੀ ਦੇ ਫੱਟੇ 'ਤੇ ਲੈ ਕੇ ਗਏ, ਕੌਣ ਸੀ? ਸਾਰਾ ਆਉਂਦਾ ਹਿਸਟਰੀ 'ਚ ਆਉਂਦਾ। ਇਹ ਕਿਹੜਾ ਕੋਈ ਜ਼ਿਆਦਾ ਪੁਰਾਣੀ, ਹਜੇ 100 ਸਾਲ ਵੀ ਨਹੀਂ ਹੋਇਆ। 1931 'ਚ ਹੀ ਹੋਈ ਸੀ ਫਾਂਸੀ, ਅੱਜ ਤਾਂ 24 ਹੈ, 2024 ਹੈ, 93 ਸਾਲ ਹੋਏ ਨੇ। ਸੋ ਇਸ ਕਰਕੇ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ। ਇਸ ਤਰ੍ਹਾਂ ਦੇ ਫੰਕਸ਼ਨ ਦੇਖੋ, ਆਪਾਂ ਨੇ ਇੱਕ DGP ਸਾਹਿਬ ਨਾਲ ਮੈਂ ਗੱਲ ਕੀਤੀ, ਮੁੰਬਈ ਪੁਲਿਸ ਵਾਸਤੇ ਨਾ ਬਾਲੀਵੁੱਡ ਇੱਕ ਸ਼ੋਅ ਕਰਦਾ ਹੈ, ਉਮੰਗ ਹੈ ਉਹਦਾ ਨਾਮ, ਉੱਥੇ ਮੈਂ ਵੀ ਪਰਫਾਰਮ ਕੀਤਾ ਹੋਇਆ ਜਦੋਂ ਕਲਾਕਾਰ ਤੌਰ 'ਤੇ। ਮੁੰਬਈ ਦੇ ਸ਼ਾਹਰੁਖ ਖਾਨ, ਆਮਿਰ ਖਾਨ, ਸਾਰੇ ਅਮਿਤਾਭ ਬੱਚਨ, ਸਾਰੇ ਆਰਟਿਸਟ ਜਿਹੜੇ ਨੇ ਉਹ ਮੁੰਬਈ ਪੁਲਿਸ ਅਤੇ ਉਹਨਾਂ ਦੀ ਫੈਮਿਲੀ ਵਾਸਤੇ ਇੱਕ ਫ੍ਰੀ ਸ਼ੋਅ ਕਰਦੇ ਨੇ ਕਿ ਤੁਸੀਂ ਸਾਨੂੰ ਪ੍ਰੋਟੈਕਟ ਕਰਦੇ ਹੋ, ਤੁਸੀਂ ਸ਼ਹਿਰ ਦੇ ਵਿੱਚ ਸਾਨੂੰ ਸੁਰੱਖਿਆ ਦਿੰਦੇ ਹੋ, ਤੁਸੀਂ ਸ਼ਹਿਰ ਨੂੰ ਪ੍ਰੋਟੈਕਟ ਕਰਦੇ ਹੋ। ਮੈਂ ਕਿਹਾ ਵੀ ਇਹ ਕੰਮ ਆਪਾਂ ਇੱਥੇ ਸ਼ੁਰੂ ਕਰੀਏ। ਆਪਣੇ ਫਾਰੂਕੀ ਸਾਹਿਬ ਨੇ, ADGP PAP, ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਜੀ ਆਰਟਿਸਟਾਂ ਨਾਲ ਮੈਂ ਗੱਲ ਕੀਤੀ, ਆਪਾਂ ਗੁਲਦਸਤਾ, ਉਹਦਾ ਨਾਮ ਤੁਸੀਂ ਆਏ ਹੋਵੋਗੇ ਸ਼ਾਇਦ, ਕਈਆਂ ਨੇ ਦੇਖਿਆ ਹੋਊਗਾ, ਗੁਲਦਸਤਾ ਇੱਕ ਪ੍ਰੋਗਰਾਮ ਰੱਖਿਆ ਜਿੱਥੇ ਸਿਰਫ ਅਤੇ ਸਿਰਫ ਪੁਲਿਸ ਵਾਲੇ ਅਤੇ ਉਹਨਾਂ ਦੀਆਂ ਫੈਮਲੀਆਂ ਆਉਣਗੀਆਂ। ਉਸ ਦਿਨ ਡਿਊਟੀ ਨਹੀਂ ਹੋਊਗੀ, ਉਸ ਦਿਨ ਸਿਰਫ ਤੁਸੀਂ ਆਪਣੇ ਬੱਚਿਆਂ ਨਾਲ ਆਉਂਗੇ, ਪਰਿਵਾਰ ਨਾਲ ਆਉਂਗੇ। ਵੱਡੇ ਵੱਡੇ ਆਰਟਿਸਟ ਜਿਹੜੇ ਵੀ ਫੇਵਰੇਟ, ਚਾਹੇ ਬਾਲੀਵੁੱਡ ਦੇ ਨੇ ਚਾਹੇ ਪੰਜਾਬ ਦੇ ਨੇ, ਉਹ ਸਾਰੇ ਤੁਹਾਡੇ ਸਾਹਮਣੇ ਪਰਫੋਰਮ ਕਰਿਆ ਕਰਨਗੇ। ਹਰ ਸਾਲ ਹੋਇਆ ਕਰੂਗਾ ਉਹ, ਜਿਸ ਤਰ੍ਹਾਂ ਪਹਿਲਾਂ ਮੁੰਬਈ ਹਰ ਸਾਲ ਹੁੰਦਾ, ਇੱਥੇ ਵੀ ਹਰ ਸਾਲ ਹੋਇਆ ਕਰੂਗਾ। ਕਿਉਂਕਿ ਅਦਰਵਾਈਜ਼ ਮੈਂ ਦੇਖਦਾ 26 ਜਨਵਰੀ ਨੂੰ ਪੂਰੇ ਦੇਸ਼ 'ਚ ਛੁੱਟੀ, ਤੁਹਾਡੀ ਡਿਊਟੀ ਸਖ਼ਤ। 15 ਅਗਸਤ ਨੂੰ ਪੂਰੇ ਦੇਸ਼ 'ਚ ਛੁੱਟੀ, ਤੁਹਾਡੀ ਡਿਊਟੀ ਸਖ਼ਤ। ਦਿਵਾਲੀ ਵਾਲੇ ਦਿਨ ਸਾਰੇ ਲੋਕ ਦਿਵਾਲੀ 'ਤੇ, ਤੁਸੀਂ ਡਿਊਟੀ 'ਤੇ। ਦੁਸਹਿਰੇ ਵਾਲੇ ਦਿਨ ਸਾਰੇ ਦੁਸਹਿਰਾ, ਤੁਸੀਂ ਉੱਥੇ ਰਾਵਣ ਮੂਹਰੇ ਖੜੇ ਖੜੇ ਉਹਨਾਂ ਲੈ ਕੇ ਬੰਦੂਕਾਂ, ਵੀ ਇਹਨਾਂ ਕੋਈ ਅੱਗ ਲਾ ਜੇ ਪਹਿਲੀ ਕਿਤੇ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਲਈ ਵੀ ਕੋਈ ਦਿਨ ਹੋਵੇ ਯਾਰ, ਤੁਹਾਡਾ ਵੀ ਕੋਈ ਦਿਨ ਹੋਵੇ ਜਿੱਦੇ ਤੁਸੀਂ ਆਪਣੇ ਬੱਚਿਆਂ ਨਾਲ ਜਾਓ, ਜਿੱਦੇ ਕੋਈ ਹੋਰ ਕੋਈ। ਮੈਨੂੰ ਉਹਦਾ ਬਹੁਤ ਵਧੀਆ ਰਿਸਪੋਂਸ ਬਾਅਦ 'ਚ, ਮੇਰੇ ਕੋਈ ਦੋਸਤ ਮਿੱਤਰ ਨੇ, ਉਹਨਾਂ ਦੇ ਫੈਮਲੀਆਂ ਉੱਥੇ PAP 'ਚ ਨੇ, ਉਹ ਕਹਿੰਦੇ ਜੀ ਇੰਨਾ ਖੁਸ਼ ਹੋਏ ਲੋਕ, ਵੀ ਕਹਿੰਦੇ ਵੀ ਸਾਨੂੰ ਵੀ ਕਿਸੇ ਨੇ ਯਾਰ ਬੰਦਾ ਸਮਝਿਆ, ਇਨਸਾਨ ਸਮਝਿਆ। ਮੈਂ ਕਹਿੰਦਾ ਕਿ ਤੁਸੀਂ ਕੰਪਿਊਟਰ ਨਹੀਂ ਹੈਗੇ, ਤੁਸੀਂ ਰਿਬੋਟ ਵੀ ਨਹੀਂ ਹੈਗੇ, ਪਰ ਹਾਂ ਜੇ ਤੁਹਾਨੂੰ ਕੰਪਿਊਟਰ ਦੇ ਰਿਬੋਟ ਦੇ ਦਈਏ, ਤੁਸੀਂ ਉਹ ਤੋਂ ਦੁੱਗਣਾ ਤਿਗਣਾ ਕੰਮ ਲੈ ਲਓਗੇ, ਇੰਨੀ ਕੁ ਮੈਨੂੰ ਕਾਬਲੀਅਤ ਦਾ ਪਤਾ ਹੈ। ਕਿਉਂਕਿ ਉਹ ਤਾਂ ਮੈਂ ਤਾਂ ਬਹੁਤ ਜ਼ਿਆਦਾ ਸਟਾਇਰ ਕੀਤਾ ਹੋਇਆ ਪੰਜਾਬ ਪੁਲਿਸ 'ਤੇ। ਮੈਂ ਤਾਂ ਇਹ ਵੀ ਕਿਹਾ ਸੀ, ਮੈਂ ਕਿਹਾ ਪੰਜਾਬ ਪੁਲਿਸ ਦੁਨੀਆਂ ਦੀ ਇਕਲੌਤੀ ਪੁਲਿਸ ਹੈ ਜਿਹੜੀ ਨਹਿਰ 'ਚ ਨਹਾਉਂਦੇ ਬੰਦੇ ਨੂੰ ਵੀ ਕਹਿ ਦਿੰਦੀ ਹੈ, ਉਹ ਭਈਆ ਬਾਹਰ ਨਿਕਲ ਕੇ ਕੱਪੜੇ ਪਾ, ਤੇਰੀ ਤਲਾਸ਼ੀ ਲੈਣੀ ਹੈ। ਕੱਪੜੇ ਤਾਂ ਬਾਹਰ ਹੀ ਪਏ ਨੇ ਨਾ, ਕਹਿੰਦੇ ਤੂੰ ਨਿਕਲ, ਕਹਿੰਦੇ ਸੋ ਆਪਣੇ ਤਾਂ ਅੱਡੀ ਨੇ ਸੁਭਾਅ। ਸੋ ਜੇ ਆਪਾਂ ਆ ਜਾਈਏ ਆਪਣੀ ਆਈ 'ਤੇ, ਕਿਹਾ ਚੀਜ਼ ਖਤਮ ਕਰਨੀ ਹੈ, ਤਾਂ ਪੰਜਾਬ ਪੁਲਿਸ ਤੋਂ ਵਧੀਆ ਇਸ ਦੇਸ਼ 'ਚ ਕੋਈ ਪੁਲਿਸ ਨਹੀਂ ਹੈਗੀ ਜੇ ਕੋਈ ਅਲਾਮਤ ਖਤਮ ਕਰਾਉਣੀ ਹੈ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਵਧਾਈਆਂ ਦਿੰਦਾ। ਮੈਨੂੰ ਉਮੀਦ ਹੈ ਕਿ ਅਗਲੇ ਸਾਲ ਜਦੋਂ ਆਪਾਂ ਇੱਥੇ ਇਕੱਠੇ ਕਿਤੇ ਹੋਵਾਂਗੇ ਕਿਸੇ ਵੀ ਜਗ੍ਹਾ 'ਤੇ, ਉਦੋਂ ਤੱਕ ਆਪਾਂ ਪੰਜਾਬ ਦਾ ਜਿਹੜਾ ਇਹ ਡਰੱਗ ਵਾਲਾ ਕਲੰਕ ਹੈ, ਇਹ ਕਾਫੀ ਹੱਦ ਤੱਕ ਪਹੁੰਚ ਚੁੱਕੇ ਹੋਵਾਂਗੇ, ਅਤੇ ਰੰਗਲੇ ਪੰਜਾਬ ਦੇ ਰੰਗ ਉੱਗਣੇ ਸ਼ੁਰੂ ਹੋ ਜਾਣਗੇ। ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਵਧਾਈ। ਬਹੁਤ ਬਹੁਤ ਧੰਨਵਾਦ ਸਰ। 17 ਜਨਵਰੀ ਨੂੰ ਲੋਅ ਐਂਡ ਆਰਡਰ ਡਿਊਟੀ ਲਈ ਰਵਾਨਾ ਹੋਏ ਸਾਡੇ 3 ਬਹਾਦਰ ਪੁਲਿਸ ਕਰਮਚਾਰੀਆਂ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਅੱਜ ਇਹਨਾਂ ਦੇ ਵਾਰਿਸ ਸਾਡਾ ਐਕਸਟੈਂਡਿਡ ਪੰਜਾਬ ਪੁਲਿਸ ਪਰਿਵਾਰ ਸਾਡੇ ਨਾਲ ਸ਼ਾਮਲ ਹੈ। ਮੈਂ ਹੁਣ DGP ਸਾਹਿਬ ਅਤੇ ਸਪੈਸ਼ਲ DG ਈਸ਼ਵਰ ਸਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਹਨਾਂ ਪਰਿਵਾਰਾਂ ਦੀ ਮਦਦ ਲਈ CM ਸਾਹਿਬ ਦੇ ਹੱਥੋਂ 1-1 ਕਰੋੜ ਦੇ ਚੈੱਕ ਇਹਨਾਂ ਨੂੰ ਤਕਸੀਮ ਕਰਵਾਉਣ।
ਸਾਡੇ ਨਾਲ ਐਚ ਡੀ ਐਫ ਸੀ ਟੀਮ ਦੇ ਮੈਂਬਰਸ ਸ਼੍ਰੀ ਦਿਨੇਸ਼ ਲੂਥਰਾ, ਮਨੀਸ਼ ਅਰੋੜਾ ਅਤੇ ਰਾਜੀਵ ਮਹਿਰਾ ਜੀ ਵੀ ਸ਼ਾਮਲ ਹਨ। ਲੇਟ ਏਐਸਆਈ ਹਰਦੇਵ ਸਿੰਘ ਦੀ ਪਤਨੀ ਕੁਲਦੀਪ ਕੌਰ ਜੀ, ਲੇਟ ਕਾਂਸਟੇਬਲ ਗੁਰਪ੍ਰੀਤ ਸਿੰਘ ਦੀ ਪਤਨੀ ਕਮਲਜੀਤ ਕੌਰ ਜੀ, ਲੇਟ ਕਾਂਸਟੇਬਲ ਸ਼ਿਆਲੂ ਰਾਣਾ ਦੀ ਮਾਤਾ ਛੱਲੀ ਰਾਣਾ ਜੀ, ਥੈਂਕ ਯੂ ਸਰ। ਪ੍ਰੋਗਰਾਮ ਵਿੱਚ ਅਗਲੇ ਚੱਲਦੇ ਹੋਏ ਮੈਂ ਸਪੈਸ਼ਲ ਡੀਜੀ ਗੁਰਪ੍ਰੀਤ ਦਿਓ ਮੈਮ ਨੂੰ ਸੱਦਾ ਦਿੰਦੀ ਹਾਂ ਕਿ ਉਹ ਸੀਐਮ ਸਾਹਿਬ ਤੋਂ ਸਾਂਝ ਨਿਊਜ਼ਲੈਟਰ ਅਤੇ ਟ੍ਰੇਨਿੰਗ ਮਟੀਰੀਅਲ ਫਾਰ ਪੁਲਿਸ ਆਫਿਸਰਸ ਟੂ ਪ੍ਰੀਵੈਂਟ ਚਾਈਲਡ ਸੈਕਸ਼ੂਅਲ ਅਬਿਊਜ਼ ਨੂੰ ਰਿਲੀਜ਼ ਕਰਵਾਉਣ। ਪੰਜਾਬ ਪੁਲਿਸ ਵੱਲੋਂ ਹੁਣ ਜਾਗ੍ਰਿਤੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਹਦੇ ਵਿੱਚ ਦੂਜੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਚਾਈਲਡ ਸੈਕਸ਼ੂਅਲ ਅਬਿਊਜ਼ ਦੇ ਬਾਰੇ ਅਵੇਅਰ ਕੀਤਾ ਜਾਵੇਗਾ। ਥੈਂਕ ਯੂ ਸਰ। ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਉਹ ਸੀਐਮ ਸਾਹਿਬ ਨੂੰ ਇੱਕ ਯਾਦਗਾਰੀ ਚਿੰਨ੍ਹ ਪੇਸ਼ ਕਰਨ।